ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਵਨ ਪਵਿੱਤਰ ਗੋਦ ਵਿੱਚ ਜੁੜੇ ਸਮੂਹ ਗੁਰੂ ਸਵਾਰਿਓ, ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਹਨ ਜੋ ਆਪਣੇ ਸ਼ਹੀਦਾਂ ਨੂੰ, ਉਸ ਫਲਸਫੇ ਨੂੰ, ਉਹਨਾਂ ਦੀ ਕਰਨੀ ਨੂੰ ਯਾਦ ਕਰ ਰਹੇ ਹਾਂ, ਅਤੇ ਅੱਜ ਅਸੀਂ ਇੰਨੇ ਜੋਗੇ ਹੋ ਗਏ ਹਾਂ ਕਿ ਅਸੀਂ ਆਪਣੇ ਸ਼ਹੀਦਾਂ ਦਾ 100 ਸਾਲਾ ਮਨਾ ਸਕੀਏ। ਕੀ ਉਹ ਤਬਦੀਲੀਆਂ ਸਨ ਜੋ ਅੰਗਰੇਜ਼ਾਂ ਦੇ ਆਉਣ ਨਾਲ ਇੱਥੇ ਆਈਆਂ, ਜੋ ਸਾਡੇ ਵਡੇਰਿਆਂ ਨੂੰ ਚੰਗੀਆਂ ਨਹੀਂ ਲੱਗੀਆਂ ਅਤੇ ਉਹਨਾਂ ਨੇ ਉਸ ਹਕੂਮਤ ਨੂੰ ਤੋੜਨ ਲਈ ਲੱਕ ਬੰਨਿਆ? ਤੋ ਜੋ ਇਤਿਹਾਸਕਾਰ ਹਨ, ਢਾਡੀ ਸਿੰਘ ਹਨ, ਕਵੀਸ਼ਰ ਸਿੰਘ ਹਨ, ਉਹ ਇਤਿਹਾਸ ਦੀਆਂ ਬਾਰੀਕੀਆਂ, ਉਹਨਾਂ ਯੋਧਿਆਂ ਦੇ ਜੀਵਨ, ਉਹਨਾਂ ਦੇ ਕਾਰਨਾਮੇ, ਉਹਨਾਂ ਦੇ ਮੁਕਾਬਲੇ, ਉਹਦਾ ਗਾਇਨ ਕਰਦੇ ਨੇ, ਉਹਦੀ ਜਾਣਕਾਰੀ ਦਿੰਦੇ ਨੇ। ਸੇ ਮੇਰਾ ਜੋ ਕੰਮ ਹੈ ਜਾਂ ਮੇਰਾ ਜੋ ਜ਼ਿੰਮੇਵਾਰੀ ਲੱਗੀ ਹੈ ਅੱਜ ਆਪ ਜੀ ਦੇ ਚਰਨਾਂ ਦੀ ਧੂੜ ਸਾਫ਼ ਕਰਨ ਲਈ, ਉਹਦੇ ਵਿੱਚ ਉਹ ਜ਼ਿੰਮੇਵਾਰੀ ਹੈ ਕੁਝ ਜੋ ਵੈਸਟਰਨ ਫਲਸਫਾ ਹੈ ਜੋ ਅੰਗਰੇਜ਼ਾਂ ਦੁਆਰਾ ਆਪਣੀ ਹਕੂਮਤ ਸਥਾਪਿਤ ਕਰਨ ਲਈ ਕੁਛ ਗੱਲਾਂ ਫੈਲਾਈਆਂ ਗਈਆਂ, ਕੁਛ ਗੱਲਾਂ ਲੋਕਾਂ ਨੂੰ ਦਿਖਾਈਆਂ ਗਈਆਂ, ਉਹਦੇ ਬਾਰੇ ਗੱਲ ਕਰਨਾ। ਸੋ ਮੈਂ, ਹੋ ਸਕਦਾ ਹੈ ਕਿ ਜੋ ਆਪਣਾ ਰੂਟੀਨ ਹੁੰਦਾ ਹੈ ਸ਼ਹੀਦੀ ਸਮਾਗਮਾਂ ਵਿੱਚ ਗੱਲਬਾਤ ਕਰਨ ਦਾ, ਉਸ ਤੋਂ ਥੋੜ੍ਹੀ ਜਿਹੀ ਹਟ ਕੇ ਗੱਲ ਕਰਾਂ, ਅਤੇ ਉਹਦੇ ਲਈ ਮੈਂ ਪਹਿਲਾਂ ਹੀ ਤੁਹਾਡੇ ਤੋਂ ਖਿਮਾ ਚਾਹੁੰਦਾ ਹਾਂ, ਕਿਉਂਕਿ ਮੇਰੀ ਗੱਲਬਾਤ ਦੇ ਵਿੱਚ ਇਤਿਹਾਸਕ ਵੇਰਵੇ ਨਹੀਂ ਹੋਣਗੇ, ਸ਼ਹੀਦਾਂ ਦੇ ਨਾਂ ਨਹੀਂ ਹੋਣਗੇ, ਉਹਨਾਂ ਸ਼ਹੀਦਾਂ ਦੇ ਕਾਰਨਾਮੇ, ਉਹਨਾਂ ਦੇ ਮੁਕਾਬਲੇ, ਉਹਨਾਂ ਦੀ ਜ਼ੁਰਅਤ, ਗੈਰਤ, ਅਣਖ, ਇਹ ਚੀਜ਼ਾਂ ਦੇ ਵੇਰਵੇ ਸ਼ਾਇਦ ਨਹੀਂ ਹੋਣਗੇ, ਕੁਛ ਹੋਰ ਤਰ੍ਹਾਂ ਦੀ ਗੱਲ ਹੋਏਗੀ। ਤੋ ਆਪਾਂ ਗੱਲ ਕਰਦੇ ਹਾਂ ਬਰਤਾਨਵੀ ਹਕੂਮਤ ਦੀ। ਹਕੂਮਤ ਕਿਸੇ ਇਲਾਕੇ ਨੂੰ ਰਾਤੋਂ ਰਾਤ ਜਿੱਤ ਕੇ ਸਥਾਪਿਤ ਕਰ ਲੈਣਾ ਕੋਈ ਅਲੋਕਾਰੀ ਵਰਤਾਰਾ ਨਹੀਂ ਹੁੰਦਾ। ਅੰਗਰੇਜ਼ ਹਕੂਮਤ ਇਸ ਗੱਲੋਂ ਪੂਰੀ ਤਰ੍ਹਾਂ ਚੇਤੰਨ ਸੀ ਕਿ ਅਸੀਂ ਜੇਕਰ ਹਿੰਦੁਸਤਾਨ ਉੱਪਰ ਰਾਜ ਕਰਨਾ ਹੈ ਤਾਂ ਉੱਥੇ ਜਾ ਕੇ ਸਾਨੂੰ ਕੀ ਕਰਨਾ ਪਵੇਗਾ। ਇਸ ਕਰਕੇ ਉਹਨਾਂ ਨੇ ਸਾਰਾ ਹਿੰਦੁਸਤਾਨ ਆਪਣੇ ਕੁਝ ਗਿਣਤੀ ਦੇ ਅਫਸਰਾਂ ਦੇ ਰਾਹੀਂ ਜਿੱਤ ਲਿਆ, ਨਾ ਹੀ ਕੋਈ ਉੱਥੋਂ ਲਿਆ ਕੇ ਸਿਪਾਹੀ ਇੱਥੇ ਮਰਵਾਏ ਅਤੇ ਨਾ ਹੀ ਕੋਈ ਬਹੁਤੇ ਜਰਨੈਲ ਉਹਨਾਂ ਦੇ ਮਰੇ। ਪਰ ਉਹ ਲਗਭਗ 100 ਸਾਲ ਤਿਆਰੀ ਕਰਦੇ ਰਹੇ ਕਿ ਅਸੀਂ ਇੱਕ ਦਿਨ ਸਿੱਖਾਂ ਉੱਪਰ ਰਾਜ ਕਰਨਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹਨਾਂ ਨੇ ਬਣਦਿਆਂ ਤੱਕਿਆ, ਬਹੁਤ ਸਾਰੇ ਐਸੇ ਵੇਰਵੇ ਹਨ ਜੋ ਸਾਡੇ ਤੱਕ ਪਹੁੰਚੇ, ਜਿਹਦੇ ਵਿੱਚ ਅੰਗਰੇਜ਼ਾਂ ਨੇ 1849 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਖਾਂ ਮੀਟ ਜਾਣ ਤੋਂ ਬਾਅਦ ਖਾਲਸਾ ਰਾਜ ਨੂੰ ਆਪਣੇ ਰਾਜ ਦੇ ਅਧੀਨ ਸ਼ਾਮਲ ਕੀਤਾ, ਉਸ ਤੋਂ ਲਗਭਗ 100 ਸਾਲ ਪਹਿਲਾਂ ਉਹਨਾਂ ਨੇ ਤਿਆਰੀ ਆਰੰਭ ਕਰ ਲਈ ਸੀ। ਅਤੇ ਉਸ ਤਿਆਰੀ ਦੇ ਵਿੱਚ ਬਹੁਤ ਅਹਿਮ ਯੋਗਦਾਨ ਸੀ ਜੋ ਉਹ ਇੱਥੋਂ ਦੇ ਲੋਕਾਂ ਦੇ ਸੁਭਾਅ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ, ਜੋ ਇੱਥੋਂ ਦੇ ਮੌਸਮ ਬਾਰੇ, ਜੋ ਇੱਥੋਂ ਦੇ ਕੁਦਰਤੀ ਸਾਧਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ। ਇਹ ਜਾਣਕਾਰੀ ਇਕੱਠੀ ਕਰਨ ਲਈ ਅੰਗਰੇਜ਼ਾਂ ਵੱਲੋਂ ਕੁਛ ਅਫਸਰਾਂ ਨੂੰ, ਉਸ ਸਮੇਂ ਜੋ ਅਫਸਰਾਂ ਦੀ ਸ਼੍ਰੇਣੀ ਸੀ ਪੰਜਾਬ ਲਈ ਜਾਂ ਹਿੰਦੁਸਤਾਨ ਲਈ ਮੁਕਰਰ ਕੀਤੀ ਗਈ, ਉਸ ਨੂੰ ਕਹਿੰਦੇ ਸੀ ICS, ਇੰਡੀਅਨ ਸਿਵਲ ਸਰਵਿਸਿਸ। ਅੱਜ ਕੱਲ੍ਹ ਉਹਦਾ ਨਾਮ ਬਦਲ ਕੇ IAS ਕਰ ਦਿੱਤਾ ਗਿਆ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਸ।
ਤਾਂ ਉਹਦੇ ਵਿੱਚ ਜੋ ਭਰਤੀ ਕੀਤੇ ਜਾਂਦੇ ਸੀ ਬੰਦੇ, ਉਹ ਸਧਾਰਨ ਬੀ ਏ ਜਿਸ ਤਰ੍ਹਾਂ ਆਪਾਂ ਕਰਦੇ ਹਾਂ ਉਸ ਵੇਲੇ ਜੋ ਡਿਗਰੀਆਂ ਸਨ ਬੀ ਏ ਪੱਧਰ ਦੀਆਂ, ਉਹ ਡਿਗਰੀਆਂ ਕਰਕੇ ਉਹ ਬੰਦੇ ਸ਼ਾਮਿਲ ਕਰ ਲਏ ਜਾਂਦੇ ਸੀਗੇ ਅਤੇ ਉਹਨਾਂ ਦੀ ਜੋ ਹਿੰਦੁਸਤਾਨ ਵਿੱਚ ਨੌਕਰੀ ਸੀ ਉਹ ਉਹਨਾਂ ਦੇ ਜਵਾਨ ਭਰ ਜਵਾਨ ਹੋਣ ਤੱਕ ਹੁੰਦੀ ਸੀ। ਜਦੋਂ ਹੀ ਉਹ ਅੱਧ ਖੜ ਉਮਰ ਲਗਭਗ 35 ਸਾਲ ਲਾ ਲਈਏ ਕਿ ਉਸ ਉਮਰ 'ਤੇ ਪਹੁੰਚਦੇ ਸਨ ਤਾਂ ਉਹਨਾਂ ਨੂੰ ਕੋਈ ਹੋਰ ਵੱਡਾ ਅਹੁਦਾ ਦੇ ਕੇ ਵਾਪਸ ਬੁਲਾ ਲਿਆ ਜਾਂਦਾ ਸੀ। ਅਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਐਸੇ ਬੰਦੇ ਸਨ ਜਿਨ੍ਹਾਂ ਨੂੰ ਖਾਲਸਾ ਰਾਜ ਦੇ ਵੇਲੇ ਇੱਥੇ ਭੇਜਿਆ ਗਿਆ ਬਤੌਰ ਇੱਕ ਯਾਤਰੀ। ਉਹ ਯਾਤਰੀ ਦੇ ਤੌਰ 'ਤੇ ਇੱਥੇ ਆਏ ਅਤੇ ਉਹਨਾਂ ਨੇ ਸਾਡੀਆਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਬਰਤਾਨੀਆ ਹਕੂਮਤ ਨੂੰ ਦਿੱਤੀ। ਉੱਥੋਂ ਫਿਰ ਜੋ ਇੱਥੇ ਈਸਟ ਇੰਡੀਆ ਕੰਪਨੀ ਜਿਹੜੀ ਬਾਅਦ ਵਿੱਚੋਂ ਬਰਤਾਨਵੀ ਹਕੂਮਤ ਦੇ ਸਿੱਧੇ ਪ੍ਰਬੰਧ ਅਧੀਨ ਬਰਤਾਨਵੀ ਹਕੂਮਤ ਬਣ ਗਈ, ਤਾਂ ਉਹਨਾਂ ਨੂੰ ਫਿਰ ਉੱਥੋਂ ਹਿੰਦੁਸਤਾਨ ਦੇ ਉੱਪਰ ਰਾਜ ਕਰਨ ਵਾਲੇ ਅਫਸਰਾਂ ਨੂੰ ਇੰਗਲੈਂਡ ਤੋਂ ਕੁਛ ਮਸ਼ਵਰੇ ਕੁਛ ਨੀਤੀਆਂ ਮਿਲਦੀਆਂ ਸਨ, ਕੁਛ ਅਗਵਾਈ ਮਿਲਦੀ ਸੀ, ਕੁਝ ਹੱਕ ਮਿਲਦੇ ਸਨ, ਕੁਛ ਹੁਕਮ ਮਿਲਦੇ ਸਨ ਤਾਂ ਕਿ ਉਹ ਇੱਥੇ ਆਪਣਾ ਰਾਜ ਪ੍ਰਬੰਧ ਵਧੀਆ ਤਰੀਕੇ ਨਾਲ ਸਥਾਪਿਤ ਕਰ ਲੈਣ। ਤਾਂ ਜੋ ਗਿਆਨ ਹੈ ਉਹ ਅੰਗਰੇਜ਼ਾਂ ਦੇ ਲਈ ਇੱਕ ਹਥਿਆਰ ਸੀ ਇੱਥੇ ਰਾਜ ਕਰਨ ਦਾ। ਉਹਨਾਂ ਨੇ ਕੇਵਲ ਤੋਪਾਂ ਦੇ ਜ਼ੋਰ ਨਾਲ, ਡੰਡੇ ਦੇ ਜ਼ੋਰ ਨਾਲ ਇੱਥੇ ਹਕੂਮਤ ਨਹੀਂ ਕੀਤੀ, ਉਹਨਾਂ ਨੇ ਹਕੂਮਤ ਕਰਨ ਲਈ ਹੋਰ ਬਹੁਤ ਕੁਛ ਕੀਤਾ, ਜਿਹਦੇ ਬਾਰੇ ਆਪਾਂ ਕੁਛ ਗੱਲਾਂ ਕੁਛ ਸਮੇਂ ਦੇ ਵਿੱਚ ਆਪ ਜੀ ਨਾਲ ਸਾਂਝੀਆਂ ਕਰਨੀਆਂ ਹਨ। ਮੇਰੇ ਕੋਲ ਉਹ ਸਮਾਂ ਨਹੀਂ ਹੈ, ਤੁਸੀਂ ਕਿਰਪਾ ਕਰਕੇ ਮੈਨੂੰ ਥੋੜ੍ਹਾ ਇਸ਼ਾਰਾ ਕਰ ਦਿਓ ਜਦੋਂ ਬੰਦ ਕਰਨਾ ਹੋਇਆ। ਅਤੇ ਸੋ ਆਪਾਂ ਬੇਨਤੀ ਕਰ ਰਹੇ ਹਾਂ ਕਿ ਹਕੂਮਤ ਇਹ ਨਹੀਂ ਹੈ ਕਿਸੇ ਇਲਾਕੇ ਨੂੰ ਜਿੱਤ ਲਿਆ ਜਾਵੇ, ਉੱਥੇ ਆਪਣੀ ਫੌਜ ਦੇ ਨਾਲ ਆਪਣੀ ਤਾਕਤ ਦੇ ਜ਼ੋਰ ਨਾਲ ਆਪਣਾ ਹੁਕਮ ਲਾਗੂ ਕਰ ਦਿੱਤਾ ਜਾਵੇ। ਅੰਗਰੇਜ਼ ਇਸ ਗੱਲੋਂ ਬਾਖਬਰ ਸਨ ਕਿ ਜਿਨ੍ਹਾਂ ਲੋਕਾਂ ਉੱਪਰ ਰਾਜ ਕਰਨਾ ਹੈ ਉਹਨਾਂ ਲੋਕਾਂ ਦੀ ਸਹਿਮਤੀ ਸਾਡੇ ਨਾਲ ਹੋਣੀ ਜ਼ਰੂਰੀ ਹੈ, ਉਹਨਾਂ ਲੋਕਾਂ ਦੀ ਪੂਰੀ ਜਾਣਕਾਰੀ ਸਾਡੇ ਕੋਲ ਹੋਣਾ ਜ਼ਰੂਰੀ ਹੈ ਤਾਂ ਕਿ ਅਸੀਂ ਉਹਨਾਂ ਦੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖ ਸਕੀਏ, ਉਹਨਾਂ ਦੇ ਅੰਦਰ ਪੈਦਾ ਹੋਣ ਵਾਲੀ ਬਗਾਵਤ ਨੂੰ ਰੋਕ ਸਕੀਏ, ਸਮਾਂ ਆਉਣ 'ਤੇ ਕੁਚਲ ਸਕੀਏ। ਸੋ ਇਸ ਕਰਕੇ ਉਹਨਾਂ ਨੇ ਬਹੁਤ ਵੱਡੇ ਪ੍ਰਬੰਧ ਕੀਤੇ। ਉਹਨਾਂ ਪ੍ਰਬੰਧਾਂ ਦੇ ਵਿੱਚੋਂ ਇੱਕ ਸੀ, ਉਹਨਾਂ ਨੇ ਆਪਣੇ ਇਸ ਹਮਲੇ ਨੂੰ, ਆਪਣੇ ਇਸ ਕਦਮ ਨੂੰ ਜਾਇਜ਼ ਸਾਬਤ ਕਰਨ ਲਈ ਫਲਸਫੇ ਦੇ ਵਿੱਚ ਪਹਿਲਾਂ ਇੱਕ ਚੀਜ਼ ਪੈਦਾ ਕੀਤੀ, ਇੱਕ ਕਹਿ ਲਓ ਕਿ ਇੱਕ ਚੇਤਨਾ ਜਾਂ ਇੱਕ ਸੰਕਲਪ ਪੈਦਾ ਕੀਤਾ ਕਿ ਅਸਲ ਦੇ ਵਿੱਚ ਜੋ ਗੋਰੀ ਨਸਲ ਹੈ ਉਹਦਾ ਦਿਮਾਗੀ ਪੱਧਰ ਬਾਕੀ ਦੁਨੀਆ ਦੇ ਲੋਕਾਂ ਨਾਲੋਂ ਜ਼ਿਆਦਾ ਉੱਚਾ ਹੈ। ਉਹ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਕਿ ਜਿਹੜਾ ਸੈਰੇਬਰਲ ਹੈ, ਦਿਮਾਗ ਦਾ ਹਿੱਸਾ ਹੈ, ਜਿਹਦੇ ਵਿੱਚ ਤਰਕ ਸ਼ਕਤੀ ਹੈ, ਜਿਹਦੇ ਵਿੱਚ ਗਿਆਨ ਹੈ, ਵਿਗਿਆਨਕ ਚੀਜ਼ਾਂ ਹਨ, ਉਹ ਉਹਨਾਂ ਦੇ ਕੋਲ ਵਧੇਰੇ ਹਨ। ਇਹ ਫਲਸਫਾ ਉਹਨਾਂ ਦੇ ਵੱਡੇ ਫਲਸਫਾਦਾਨ ਜੋ ਸਨ ਉਹ ਉਹਨਾਂ ਨੂੰ ਦੇ ਰਹੇ ਸਨ। ਚਾਹੇ ਜੋ ਓਰਿਜਨ ਆਫ ਸਪੀਸੀਜ਼ ਵਾਲਾ ਬੰਦਾ ਸੀ, ਚਾਹੇ ਉਹ ਹੀਗਲ ਸੀ, ਚਾਹੇ ਹੀਗਲ ਤੋਂ ਪਹਿਲਾਂ ਵਾਲੇ ਫਲਸਫਾਦਾਨ ਸਨ, ਉਹਨਾਂ ਨੇ ਗੋਰੀ ਨਸਲ ਨੂੰ ਬਾਕੀ ਨਸਲਾਂ ਤੋਂ ਉੱਤਮ ਸਾਬਤ ਕਰਨ ਲਈ ਬਹੁਤ ਕੰਮ ਕੀਤਾ, ਉਹਨਾਂ ਦੇ ਗ੍ਰੰਥਾਂ ਵਿੱਚ ਲਿਖਿਆ ਹੋਇਆ। ਉਹਦੇ ਵਿੱਚੋਂ ਇੱਕ ਸੰਕਲਪ ਉਭਰਿਆ, ਵਾਈਟ ਮੈਨਸ ਬਰਡਨ। ਉਹ ਕਹਿੰਦੇ ਗੋਰੇ ਲੋਕਾਂ ਦੇ ਸਿਰ 'ਤੇ ਇੱਕ ਬੋਝ ਹੈ ਕਿ ਉਹ ਭੂਰੀ ਚਮੜੀ ਵਾਲੇ ਅਤੇ ਕਾਲੀ ਚਮੜੀ ਵਾਲੇ ਲੋਕਾਂ ਨੂੰ ਉੱਚਾ ਜੀਵਨ ਪੱਧਰ ਦੇਣ ਲਈ ਮਿਹਨਤ ਕਰਨ, ਉਹਨਾਂ ਦੀ ਇਹ ਜ਼ਿੰਮੇਵਾਰੀ ਹੈ। ਦੇਖੋ ਇਹ ਰਾਜਨੀਤਿਕ ਤੌਰ 'ਤੇ ਕਿਸ ਤਰ੍ਹਾਂ ਦੀ ਗੱਲ ਹੈ ਕਿ ਗੋਰੀ ਨਸਲ ਜਿਹਦੇ ਵਿੱਚ ਨੀਲੀਆਂ ਅੱਖਾਂ ਵਾਲੇ ਅਤੇ ਹਰੀਆਂ ਅੱਖਾਂ ਵਾਲੇ ਦੋ ਤਰ੍ਹਾਂ ਦੇ ਗੋਰੇ ਹਨ, ਇੱਕ ਯੂਰਪ ਦੇ ਜਿਹੜੇ ਜਰਮਨੀ ਮੁਲਕ ਨਾਲ ਸੰਬੰਧਿਤ ਹਨ, ਇੱਕ ਇੰਗਲੈਂਡ ਦੇ ਅਤੇ ਜਿਹੜਾ ਫਰਾਂਸ ਦੇ
ਇਹਨਾਂ ਦੇ ਆਪਸੀ ਰਿਸ਼ਤੇ ਵਿੱਚੋਂ ਇੱਕ ਨਸਲ ਪੈਦਾ ਹੋਈ, ਉਹਦੇ ਵਿੱਚੋਂ ਆਉਣ ਵਾਲੀ ਨਸਲ ਹੈ। ਤਾਂ ਉਹਨਾਂ ਦਾ ਆਪਸ ਵਿੱਚ ਵੀ ਝਗੜਾ ਸੀ ਕਿ ਨੀਲੀਆਂ ਅੱਖਾਂ ਵਾਲੇ ਉੱਤਮ ਆ ਕਿ ਹਰੀਆਂ ਅੱਖਾਂ ਵਾਲੇ ਉੱਤਮ ਆ, ਅਜੇ ਤੱਕ ਉਹਨਾਂ ਦੀ ਲੜਾਈ ਚੱਲਦੀ। ਪਰ ਉਹਨਾਂ ਨੇ ਜਿਵੇਂ ਸਾਡੇ ਹਿੰਦੁਸਤਾਨ ਵਿੱਚ ਬ੍ਰਾਹਮਣ ਨੇ ਬ੍ਰਾਹਮਣ ਨੂੰ ਕਿਹਾ ਕਿ ਇਹ ਬੁੱਧੀ ਦਾ ਅਤੇ ਗਿਆਨ ਦਾ ਸੁਆਮੀ ਹੈ, ਇਵੇਂ ਉਹਨਾਂ ਨੇ ਕਿਹਾ ਕਿ ਬਾਕੀ ਦੁਨੀਆ ਦੇ ਲੋਕਾਂ ਵਿੱਚ ਜੋ ਗੋਰੀ ਨਸਲ ਹੈ ਉਹ ਗਿਆਨ ਦੀ ਸੁਆਮੀ ਹੈ ਅਤੇ ਉਹਦੇ ਕੋਲ ਵਿਗਿਆਨ ਹੈ, ਉਹਦੇ ਕੋਲ ਤਰੱਕੀ ਦਾ ਰਾਹ ਹੈ। ਇਸ ਕਰਕੇ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਾਕੀ ਲੋਕਾਂ ਨੂੰ ਆਪਣੇ ਅਧੀਨ ਲੈ ਕੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ। ਇਹ ਇੱਕ ਉਹਨਾਂ ਦੀ ਫਲਸਫੇ ਦੇ ਵਿੱਚ ਕੀਤੀ ਗਈ ਬੇਈਮਾਨੀ ਸੀ, ਦੂਸਰਿਆਂ ਨੂੰ ਨੀਵਾਂ ਵਿਖਾਉਣ ਦੇ ਲਈ ਫਲਸਫਾਨਾ ਪ੍ਰਬੰਧ ਸੀ, ਜਿਹਦੇ ਉੱਤੇ ਹੋਰ ਬੜੇ ਸਿਧਾਂਤ ਬੜੇ ਗ੍ਰੰਥ ਬਾਅਦ 'ਚੋਂ ਸਾਡੇ ਵਿਦਵਾਨਾਂ ਨੇ ਵੀ ਪੈਦਾ ਕੀਤੇ, ਉਹਨਾਂ ਦੇ ਵਿਦਵਾਨਾਂ ਨੇ ਵੀ ਪੈਦਾ ਕੀਤੇ, ਕਈ ਉਹਨਾਂ ਦੇ ਹੱਕ 'ਚ ਅਤੇ ਕਈ ਉਹਨਾਂ ਦੇ ਵਿਰੋਧ ਵਿੱਚ। ਅਤੇ ਅਜੇ ਤੱਕ ਵੀ ਲੋਕ ਕਈ ਵਾਰ ਪਿੰਡਾਂ ਵਿੱਚ ਕਹਿ ਦਿੰਦੇ ਨੇ ਕਿ ਅੰਗਰੇਜ਼ ਦਾ ਰਾਜ ਵਧੀਆ ਸੀ। ਤਾਂ ਉਹਨਾਂ ਨੇ ਉਹ ਕੀ ਕੀਤਾ ਇੱਥੇ ਆਉਣ ਦੇ ਲਈ? ਤਾਂ ਪਹਿਲਾਂ ਉਹਨਾਂ ਨੇ ਕੀ ਕਿਹਾ ਕਿ ਜੋ ਭੂਰੀ ਚਮੜੀ ਵਾਲੇ ਨੇ, ਆਪਾਂ ਨੂੰ ਉਹ ਭੂਰੀ ਚਮੜੀ ਵਾਲਿਆਂ 'ਚ ਰੱਖਦੇ ਨੇ ਏਸ਼ੀਅਨ ਲੋਕਾਂ ਨੂੰ, ਹਿੰਦੁਸਤਾਨ ਹੈ ਜਾਂ ਜਿਹੜੇ ਨਿੱਕੇ ਨਿੱਕੇ ਮੁਲਕ ਹਿੰਦੁਸਤਾਨ ਦੇ ਆਲੇ ਦੁਆਲੇ ਸਨ, ਉਦੋਂ ਪਾਕਿਸਤਾਨ 'ਤੇ ਨਹੀਂ ਸੀ, ਅਤੇ ਨੇਪਾਲ ਹੈ, ਭੂਟਾਨ ਹੈ, ਸ਼੍ਰੀਲੰਕਾ ਜਾਂ ਫਿਰ ਚੀਨ ਹੈ, ਥੋੜ੍ਹੇ ਜਿਹੇ ਸਾਡੇ ਮੁਸਲਮਾਨ ਮੁਲਕ ਨੇ ਜੋ ਨੇੜੇ, ਉਹਨਾਂ ਨੂੰ ਵੀ ਉਹ ਇਹਦੇ ਵਿੱਚ ਰੱਖਦੇ ਸਨ। ਇੱਕ ਏਸ਼ੀਅਨ ਖਿੱਤਾ ਹੈ ਜੋ ਇਹਨੂੰ ਉਹ ਭੂਰੀ ਚਮੜੀ 'ਚ ਰੱਖਦੇ ਸੀ, ਅਤੇ ਕਾਲੇ ਜੋ ਅਫਰੀਕਨ ਨੇ ਉਹਨਾਂ ਦੀ ਇੱਕ ਵੱਡੀ ਕੈਟੇਗਰੀ, ਉਹ 'ਚ ਕਈ ਮੁਲਕ ਨੇ, ਕਈ ਉਹਦੇ ਵਿੱਚ ਤਰ੍ਹਾਂ ਦੇ ਲੋਕ ਨੇ, ਸਾਰੇ ਕਾਲੇ ਇੱਕੋ ਤਰ੍ਹਾਂ ਦੇ ਨਹੀਂ, ਕਈ ਕਾਲਿਆਂ ਦੇ ਕੱਦ ਲੰਮੇ ਨੇ, ਕਈਆਂ ਦੇ ਬੁੱਲ ਜ਼ਿਆਦਾ ਮੋਟੇ ਨੇ, ਕਈਆਂ ਦਾ ਕੋਈ ਹੋਰ ਸਰੀਰਕ ਬਣਤਰ ਦਾ ਫਰਕ ਹੈ। ਤਾਂ ਉੱਥੇ ਵੀ ਕਈ ਕਬੀਲੇ ਸਨ ਜਿਹੜੇ ਉਹ ਕਾਲੀ ਨਸਲ ਵਿੱਚ ਆਉਂਦੇ ਨੇ। ਗੋਰਿਆਂ 'ਚ ਵੀ ਜਿਹੜੀ ਵਾਈਟ ਰੇਸ ਹੈ ਉਹ 'ਚ ਵੀ ਕਈ ਹੋਰ ਵਰਾਇਟੀ ਹੈਗੀ, ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ, ਪਰ ਮੋਟੀ ਗੱਲ ਇਹ ਹੈ ਕਿ ਉਹਨਾਂ ਨੇ 3-4 ਤਰ੍ਹਾਂ ਦੀ ਵੰਨਗੀ ਦੇ ਵਿੱਚ ਲੋਕਾਂ ਨੂੰ ਵੰਡਿਆ ਪੂਰੀ ਦੁਨੀਆ ਨੂੰ, ਅਤੇ ਆਪਣੀ ਨਸਲ ਨੂੰ ਉਹ ਤੋਂ ਉੱਤਮ ਮਿੱਥ ਲਿਆ, ਅਤੇ ਫਿਰ ਉਹਨਾਂ ਨੇ ਬਾਕੀ ਲੋਕਾਂ ਨੂੰ ਆਪਣੇ ਅਧੀਨ ਕਰਨਾ ਸ਼ੁਰੂ ਕੀਤਾ। ਅਤੇ ਜਦੋਂ ਕੋਈ ਉੱਥੋਂ ਦੀ ਜਿਹੜੀ ਇੱਕ ਸ਼ੁੱਧ ਆਤਮਾ ਹੁੰਦੀ ਹੈ ਉਹ ਉਹਨਾਂ ਦੇ ਨਾਲ ਤਰਕ ਦਲੀਲ ਵਿੱਚ ਪੈਂਦੀ ਸੀ, ਤਾਂ ਉਹਨੂੰ ਉਹ ਕਹਿੰਦੇ ਸਨ, ਦੇਖੋ ਅਸੀਂ ਰੇਲ ਲੈ ਕੇ ਆਏ, ਅਸੀਂ ਵਿਗਿਆਨ ਲੈ ਕੇ ਆਏ, ਅਸੀਂ ਬਿਜਲੀ, ਅਸੀਂ ਹੋਰ ਕਿੰਨੀਆਂ ਵਿਗਿਆਨਕ ਕਾਢਾਂ, ਦਵਾਈਆਂ ਦੀ ਖੋਜ ਅਸੀਂ ਕਰ ਰਹੇ ਹਾਂ, ਇਹ ਇੱਕ ਨਵੀਂ ਸੱਭਿਅਤਾ ਹੈ ਜਿਹੜੀ ਇਸ ਗੋਰੀ ਨਸਲ ਨੇ ਪੈਦਾ ਕੀਤੀ ਹੈ, ਇਸ ਕਰਕੇ ਇਹਨਾਂ ਨੂੰ ਰਾਜ ਕਰਨ ਦਾ ਅਧਿਕਾਰ ਹੈ। ਅਤੇ ਸਾਡੇ ਜਿਹੜੇ ਭਲੇ ਬੰਦੇ ਸਨ ਉਹ ਇਹਦੇ ਹੱਕ ਵਿੱਚ ਭੁਗਤਣਾ ਸ਼ੁਰੂ ਹੋ ਜਾਂਦੇ ਸਨ। ਇਹ ਹੈ ਹਕੂਮਤ ਕਰਨ ਦਾ ਪਹਿਲਾ ਨੁਕਤਾ ਕਿ ਜਿਹਨਾਂ ਲੋਕਾਂ ਦੇ ਉੱਤੇ ਰਾਜ ਕਰਨਾ ਹੈ ਉਹਨਾਂ ਵਿੱਚੋਂ ਕੁਝ ਲੋਕ ਤੁਹਾਡੇ ਨਾਲ ਸਹਿਮਤ ਹੋ ਜਾਣ। ਇਹ ਵਰਤਾਰਾ, ਇਹ ਮਾਡਲ ਅੱਜ ਤੱਕ ਚੱਲ ਰਿਹਾ ਹੈ। ਹਿੰਦੁਸਤਾਨ ਵਿੱਚ ਜੋ ਕੇਂਦਰ ਦੀਆਂ ਸਰਕਾਰਾਂ ਨੇ ਉਹ ਪੰਜਾਬ ਵਿੱਚ ਇਸ ਤਰ੍ਹਾਂ ਦੇ ਬੰਦੇ ਲੱਭਦੀਆਂ ਨੇ ਜੋ ਉਹਨਾਂ ਲਈ ਸਾਡੇ ਨਾਲ, ਸਾਡੇ ਭਰਾ ਸਾਡੇ ਵਿੱਚੋਂ ਪੈਦਾ ਹੋ ਕੇ ਉਹ ਸ਼ੁੱਧ ਆਤਮਾ ਦੇ ਨਾਲ ਲੜਾਈ ਕਰਦੇ ਨੇ ਕਿ ਦੇਖੋ ਕਾਂਗਰਸ ਇਹ ਚੰਗੇ ਕੰਮ ਕਰ ਰਹੀ ਹੈ, ਦੇਖੋ ਬੀਜੇਪੀ ਇਹ ਚੰਗੇ ਕੰਮ ਕਰ ਰਹੀ ਹੈ, ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਲੱਕੜੀ ਨੇ ਉਹ ਇੱਥੇ ਪੈਦਾ ਹੋ ਗਏ, ਉਹ ਕਹਿੰਦੇ ਨੇ ਦੇਖੋ ਆਮ ਆਦਮੀ ਪਾਰਟੀ ਕਿੰਨਾ ਵਧੀਆ ਕੰਮ ਕਰ ਰਹੀ। ਉਹ ਕਿਹੜੇ ਕਿਹੜੇ ਕੰਮ ਕਰਦੇ ਨੇ ਅਤੇ ਉਹ ਸਾਡੇ ਸਿਧਾਂਤਾਂ ਨਾਲ ਕਿੱਥੇ ਆ ਕੇ ਟਕਰਾਉਂਦੇ ਨੇ, ਇਹਦੇ 'ਤੇ ਆਪਾਂ ਜ਼ਿਆਦਾ ਫੋਕਸ ਰੱਖਣਾ ਹੈ। ਤਾਂ ਮੈਂ ਆਪਣਾ ਪਹਿਲਾ ਨੁਕਤਾ ਕੁਛ ਮੁਕਤਸਰ ਜਿੰਨਾ ਕੁ ਆਪ ਸਾਹਮਣੇ ਰੱਖ ਸਕਿਆ। ਦੂਸਰਾ ਨੁਕਤਾ ਹੈ ਕਿ ਉਹਨਾਂ ਨੇ ਫਿਰ ਇੱਕ ਡਿਪਾਰਟਮੈਂਟ ਸਥਾਪਿਤ ਕੀਤਾ ਹਿੰਦੁਸਤਾਨ ਅਤੇ ਇੱਥੋਂ ਦੀਆਂ ਹੋਰ ਕੌਮਾਂ ਦੀ ਜਾਣਕਾਰੀ ਇਕੱਤਰ ਕਰਨ ਲਈ, ਉਹਦੀ ਵਿਆਖਿਆ ਕਰਨ ਦੇ ਲਈ। ਅਤੇ ਉਹ ਪਹਿਲਾਂ ਨੈਪੋਲੀਅਨ ਬੋਨਾਪਾਰਟ ਨੇ ਵੀ ਸਥਾਪਿਤ ਕੀਤਾ ਸੀਗਾ, ਜੋ ਫਰਾਂਸ ਦਾ ਵੱਡਾ ਜਰਨੈਲ ਸੀ, ਉਹਨੂੰ ਉਹ ਕਹਿੰਦੇ ਸੀਗੇ ਇੰਡੋਲੋਜੀ। ਤਾਂ ਇੰਡੋਲੋਜੀ ਜਿਹੜਾ ਇੰਡੀਅਨ ਸੱਭਿਅਤਾਵਾਂ ਨੇ, ਇਹਨਾਂ ਦੀ ਜਿਹੜੀ ਜਾਣਕਾਰੀ ਹੈ, ਇੱਥੋਂ ਦਾ ਇਤਿਹਾਸ, ਇੱਥੋਂ ਦੇ ਯੋਧੇ, ਇਹਨਾਂ ਦੀਆਂ ਮਾਨਤਾਵਾਂ, ਇਹਨਾਂ ਦਾ ਮੁੱਲ ਵਿਧਾਨ, ਇਹਨਾਂ ਦਾ ਇਤਿਹਾਸ, ਇਹਨਾਂ ਦੇ ਧਾਰਮਿਕ ਗ੍ਰੰਥ ਕੀ ਨੇ,
ਕਿੱਥੋਂ ਇਸ ਸੇਧ ਪ੍ਰਾਪਤ ਕਰਦੇ ਨੇ, ਕਿਹੜੇ ਉਹ ਸੋਮੇ ਨੇ ਜਿਹੜੇ ਇਹਨਾਂ ਵਿਅਕਤੀਆਂ ਨੂੰ ਇਹੋ ਜਿਹੇ ਬਣਾ ਦਿੰਦੇ ਨੇ ਜਿਹੋ ਜਿਹੇ ਹੈਗੇ ਨੇ, ਤੋ ਸਾਡੇ ਵਡੇਰੇ ਕਿਹੋ ਜਿਹੇ ਨੇ ਜਿਹੜਾ ਸਾਡੇ ਇਤਿਹਾਸਕਾਰ ਸਾਨੂੰ ਦੱਸਦੇ ਨੇ ਕਿ ਉਹ ਕਿਵੇਂ ਸ਼ਾਂਤੀ, ਜੰਗ, ਨਾਮ ਸਿਮਰਨ, ਵਾਹੀ ਜੋਤੀ, ਵਪਾਰ, ਇਹਦੇ ਵਿੱਚ ਕਿਵੇਂ ਉਹ ਰੱਬ ਨੂੰ ਨਾਲ ਰੱਖ ਕੇ ਸ਼ਾਮਿਲ ਹੁੰਦੇ ਸਨ, ਰੱਬ ਲਈ ਇਹ ਸਾਰੇ ਕੰਮ ਕਰਦੇ ਸਨ ਅਤੇ ਬਹੁਤ ਮਹਾਨ ਕੰਮ ਕਰਦੇ ਸਨ ਅਤੇ ਜ਼ਿੰਦਗੀ ਇੱਥੇ ਮੌਲਦੀ ਸੀ। ਬਹੁਤ ਉੱਚੀ ਸੱਭਿਅਤਾ ਸੀ ਸਾਡੀ, ਪਰ ਉਸ ਸੱਭਿਅਤਾ ਦੇ ਸਾਹਮਣੇ ਕੁਛ ਹੋਰ ਚੀਜ਼ਾਂ ਖੜੀਆਂ ਕੀਤੀਆਂ ਗਈਆਂ ਅਤੇ ਸਾਡੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਗਿਆ। ਅਗਲਾ ਨੁਕਤਾ ਹੈ ਕਿ ਹਕੂਮਤ ਕਰਨ ਦੇ ਲਈ ਅੰਗਰੇਜ਼ਾਂ ਨੇ ਜਿੱਥੇ ਸਾਨੂੰ ਆਪਣੇ ਅਧੀਨ ਕੀਤਾ, ਉੱਥੇ ਆਪਣੀ ਹਕੂਮਤ ਨੂੰ ਚਿਰ ਸਥਾਈ ਬਣਾਉਣ ਲਈ, ਲੰਬੇ ਸਮੇਂ ਤੱਕ ਰਾਜ ਕਰਨ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਖੜੀਆਂ ਕੀਤੀਆਂ, ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ। ਉਹ ਤਬਦੀਲੀਆਂ ਉਹਨਾਂ ਦੇ ਰਾਜ ਨੂੰ ਲੋਕਾਂ ਦੇ ਵਿੱਚ ਮਕਬੂਲ, ਹਰਮਨ ਪਿਆਰਾ ਬਣਾਉਣ ਲਈ ਵੀ ਸਨ, ਉਹਨਾਂ ਦੇ ਰਾਜ ਨੂੰ ਚਿਰ ਸਥਾਈ ਬਣਾਉਣ ਲਈ ਵੀ ਸਨ। ਉਹ ਤਬਦੀਲੀਆਂ ਕੀ ਸਨ ਕਿ ਉਹਨਾਂ ਨੇ ਪਹਿਲਾਂ ਇੱਥੋਂ ਦੇ ਲੋਕਾਂ ਨੂੰ ਮਹਿਸੂਸ ਕਰਾਇਆ ਕਿ ਤੁਹਾਡੇ ਉੱਪਰ ਜੋ ਰਾਜ ਹੋ ਰਿਹਾ ਉਹ ਚੰਗਾ ਪ੍ਰਸ਼ਾਸਕੀ ਪ੍ਰਬੰਧ ਨਹੀਂ ਹੈ, ਉਹ ਗੁੱਡ ਗਵਰਨੈਂਸ ਨਹੀਂ ਹੈ, ਜਿਵੇਂ ਹੁਣ ਸਾਡੀ ਅੱਜ ਦੀ ਜਿਹੜੀ ਪੰਜਾਬ ਦੀ ਸਰਕਾਰ ਹੈ ਜਾਂ ਦਿੱਲੀ ਵਾਲੀ ਕੇਜਰੀਵਾਲ ਸਰਕਾਰ, ਉਹ ਵੀ ਇਹ ਕਹਿੰਦੇ ਵੀ ਅਸੀਂ ਗੁੱਡ ਗਵਰਨੈਂਸ ਦੇਵਾਂਗੇ। ਗੁੱਡ ਗਵਰਨੈਂਸ ਹਰੇਕ ਹਕੂਮਤ ਦਾ ਮੁੱਢਲਾ ਫਰਜ਼ ਹੈ, ਇਹ ਕੋਈ ਵਾਧੂ ਚੀਜ਼ ਨਹੀਂ ਹੈ ਜੇ ਉਹ ਦੇ ਰਹੇ, ਉਹਨਾਂ ਦੀ ਡਿਊਟੀ ਹੈ ਜੋ ਰਾਜ ਕਰਨਾ ਚੰਗਾ ਰਾਜ ਕਰਨ, ਉਹਨਾਂ ਦੀ ਡਿਊਟੀ ਹੈ। ਇਹ ਕੋਈ ਨਾਰਾ ਨਹੀਂ ਹੈ, ਇਹ ਕੋਈ ਸਿਧਾਂਤ ਨਹੀਂ ਹੈ, ਕੋਈ ਫਲਸਫਾ ਨਹੀਂ ਹੈ, ਕੋਈ ਤਬਦੀਲੀ ਨਹੀਂ ਹੈ। ਗੁੱਡ ਗਵਰਨੈਂਸ ਉਹਨਾਂ ਦਾ ਫਰਜ਼ ਹੈ, ਜੇ ਕੋਈ ਨਹੀਂ ਕਰ ਰਿਹਾ ਤਾਂ ਉਹ ਆਪਣੇ ਫਰਜ਼ ਤੋਂ ਮੁੱਕਰ ਰਿਹਾ, ਉਹ ਬੇਈਮਾਨ ਹੈ। ਜੋ ਕਰ ਰਿਹਾ ਤਾਂ ਇੰਨਾ ਕਹਿ ਸਕਦੇ ਹਾਂ ਕਿ ਉਹ ਆਪਣੇ ਫਰਜ਼ ਦੀ ਪੂਰਤੀ ਕਰ ਰਿਹਾ, ਵਾਧੂ ਕੁਛ ਨਹੀਂ ਦੇ ਰਿਹਾ। ਤਾਂ ਅੰਗਰੇਜ਼ਾਂ ਨੇ ਗੁੱਡ ਗਵਰਨੈਂਸ ਲਈ ਕੀ ਕੀਤਾ, ਉਹਨਾਂ ਨੇ ਪੂਰੇ ਹਿੰਦੁਸਤਾਨ ਨੂੰ, ਖਾਸ ਤੌਰ 'ਤੇ ਪੰਜਾਬ ਨੂੰ, ਇਲਾਕਿਆਂ ਵਿੱਚ ਵੰਡਿਆ, ਚੱਕਬੰਦੀ ਕੀਤੀ, ਕਿਉਂਕਿ ਉਹਨਾਂ ਦੇ ਕੋਲ ਸਾਰੀ ਜਾਣਕਾਰੀ ਸੀ ਕਿਹੜੇ ਇਲਾਕੇ ਖੇਤੀ ਕਰ ਸਕਦੇ ਨੇ, ਕਿਹੜੇ ਇਲਾਕੇ ਵਪਾਰ ਲਈ ਠੀਕ ਨੇ, ਕਿਹੜੇ ਸ਼ਹਿਰਾਂ ਦੀ ਬਣਤਰ ਕਿਸ ਤਰ੍ਹਾਂ ਦੀ ਕਰਕੇ ਅਸੀਂ ਉਹਨੂੰ ਆਪਣੇ ਹੱਕ ਲਈ ਵਰਤ ਸਕਦੇ ਹਾਂ, ਕਿਹੜੇ ਲੋਕਾਂ ਨੂੰ ਕਿਸ ਪਾਸੇ ਲਾਇਆ ਜਾ ਸਕਦਾ ਹੈ। ਇਹਦੀ ਇੱਕ ਐਗਜ਼ਾਮਪਲ ਹੈ ਕਿ ਅੰਗਰੇਜ਼ਾਂ ਨੇ 12 ਆਬਾਦ ਕੀਤੀਆਂ, 12 ਦਾ ਇਲਾਕਾ ਜਾਂਗਲੀ ਇਲਾਕਾ ਸੀ, ਉਹਨਾਂ ਨੇ ਇੱਥੋਂ ਜੋ ਬਹੁਤ ਹਿੰਮਤੀ ਕਾਸ਼ਤਕਾਰ, ਉਹਨਾਂ ਨੂੰ ਇੱਥੋਂ ਖੜ ਕੇ ਉੱਥੇ ਪ੍ਰਬੰਧ ਦਿੱਤਾ, ਇੱਕ ਨਵੀਂ ਜ਼ਮੀਨ ਆਬਾਦ ਕਰਕੇ ਦਿੱਤੀ। ਜੋ ਖਾਲਸਾ ਰਾਜ ਵੇਲੇ, ਸਿੱਖਾਂ ਦੇ ਰਾਜ ਵੇਲੇ ਰਾਵੀ ਦੇ ਵਿੱਚੋਂ ਇੱਕ ਨਹਿਰ ਕੱਢ ਕੇ ਲਿਆਂਦੀ ਗਈ ਸੀ ਜਿਹਨੂੰ ਸਿੱਖਾਂ ਵਾਲੀ ਨਹਿਰ ਕਹਿੰਦੇ ਸੀਗੇ, ਉਹ ਨਹਿਰ ਅੰਮ੍ਰਿਤਸਰ ਦੇ ਕੋਲ ਦੀ ਲੰਘਦੀ ਸੀ, ਦਰਬਾਰ ਸਾਹਿਬ ਦੇ ਸਰੋਵਰ ਵਿੱਚ ਉੱਥੋਂ ਜਲ ਵੀ ਜਾਂਦਾ ਸੀ, ਪੁਰਾਣੀ ਹੰਸਲੀ ਅਤੇ ਉਸ ਤੋਂ ਬਾਅਦ ਨਵੀਂ ਹੰਸਲੀ ਵੀ ਉਹਦੇ ਵਿੱਚੋਂ ਬਣੀ। ਉਸ ਨਹਿਰ ਨੂੰ ਵੱਡਾ ਕਰਕੇ ਨਵੀਂ ਨਹਿਰ ਦਾ ਨਾਂ ਦਿੱਤਾ ਗਿਆ, ਬਹੁਤ ਸਾਰੀਆਂ ਨਹਿਰਾਂ ਕੱਢੀਆਂ ਗਈਆਂ, ਨਹਿਰੀ ਪ੍ਰਬੰਧ ਦਿੱਤਾ ਗਿਆ, ਰੇਲਾਂ ਵਿਛਾਈਆਂ ਗਈਆਂ, ਨਵੀਆਂ ਛਾਉਣੀਆਂ ਬਣਾਈਆਂ ਗਈਆਂ, ਪੁਲਿਸ ਦੇ ਥਾਣੇ ਸਥਾਪਿਤ ਕੀਤੇ ਗਏ, ਇਹ ਸੀਗੇ ਉਹ ਪ੍ਰਸ਼ਾਸਕੀ ਸੁਧਾਰ। ਮਾਲ ਪ੍ਰਬੰਧ ਵਧੀਆ ਕੀਤਾ ਗਿਆ, ਜੋ ਮਾਲ ਮਹਿਕਮਾ ਉਹਨੂੰ ਸਥਾਪਿਤ ਕੀਤਾ ਗਿਆ, ਕਮਿਸ਼ਨਰੀਆਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ, ਜ਼ਿਲ੍ਹਿਆਂ ਦੇ ਵਿੱਚ ਵੰਡ ਕੇ ਉੱਤੇ ਕਮਿਸ਼ਨਰੀਆਂ ਸਥਾਪਿਤ ਕੀਤੀਆਂ ਗਈਆਂ, ਕਮਿਸ਼ਨਰੀਆਂ ਦੇ ਉੱਤੇ ਫਿਰ ਹੋਰ ਵੱਡੇ ਅਫਸਰ ਲਾ ਕੇ ਫਿਰ ਉਹਨੂੰ ਗਵਰਨਰ ਦੇ ਅਧੀਨ ਕੀਤਾ ਗਿਆ ਜਾਂ ਵਾਇਸ ਰਾਏ ਦੇ ਅਧੀਨ ਕੀਤਾ ਗਿਆ। ਇਸ ਤਰ੍ਹਾਂ ਇੱਕ ਪ੍ਰਬੰਧ ਸੀ ਜਿਹਨੂੰ ਉਹਨਾਂ ਨੇ ਪ੍ਰਸ਼ਾਸਕੀ ਸੁਧਾਰਾਂ ਦਾ ਨਾਂ ਦਿੱਤਾ। ਨਾਲ ਦੀ ਨਾਲ ਉਹਨਾਂ ਨੇ ਕੁਛ ਕਾਨੂੰਨ ਬਣਾਉਣੇ ਸ਼ੁਰੂ ਕੀਤੇ ਤਾਂ ਕਿ ਉਹਨਾਂ ਦੇ ਰਾਜ ਨੂੰ ਚਿਰ ਸਥਾਈ ਬਣਾਇਆ ਜਾ ਸਕੇ। ਤੋ ਗੁੱਡ ਗਵਰਨੈਂਸ ਦਾ ਇੱਕ ਉਹਨਾਂ ਨੇ ਨਾਰਾ ਦਿੱਤਾ ਅਤੇ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਨੂੰ ਇਹ ਦੱਸਿਆ ਕਿ ਤੁਹਾਨੂੰ ਨਿਆਂ ਮਿਲ ਸਕਦਾ ਹੈ, ਤੁਸੀਂ ਸਾਡੇ ਕੋਲੋਂ ਨਿਆਂ ਲੈ ਸਕਦੇ ਹੋ। ਉਹ ਨਿਆਂ ਦਾ ਪ੍ਰਬੰਧ, ਜੁਡੀਸ਼ਰੀ ਸਿਸਟਮ ਸਥਾਪਿਤ ਕੀਤਾ, ਸੁਧਾਰ ਕੀਤੇ ਅਤੇ ਬਿਊਰੋਕ੍ਰੇਸੀ ਦੀ, ਅਫਸਰਾਂ ਦੀ ਇੱਕ ਫੌਜ ਤਿਆਰ ਕੀਤੀ, ਅਫਸਰਸ਼ਾਹੀ। ਇੱਕ ਸਪੈਸ਼ਲ ਕਲਾਸ ਸੀ ਜਿਹੜੀ ਇੱਥੇ ਰਾਜ ਕਰਦੀ ਸੀ, ਜਿਵੇਂ ਅਸੀਂ ਹੁਣ ਇਲੈਕਟੋਰਲ ਪੋਲੀਟਿਕਸ ਦੇ
ਅੱਧੀ ਹੋ ਗਏ ਹਾਂ, ਸਾਨੂੰ ਲੱਗਦਾ ਸ਼ਾਇਦ ਇੱਥੋਂ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਰਾਜ ਕਰਦੀਆਂ ਨੇ। ਦਰਅਸਲ ਉਹ ਟੈਂਪਰੇਰੀ ਗਵਰਨੈਂਸ ਹੈ, ਉਹ ਆਰਜੀ ਗਵਰਨੈਂਸ ਹੁੰਦੀ ਹੈ। ਜਿਹੜੀ ਪੱਕੀ ਗਵਰਨੈਂਸ ਹੈ, ਜਿਹੜੀ ਪਰਮਾਨੈਂਟ ਗਵਰਨਮੈਂਟ ਹੈ, ਉਹ ਅਫਸਰਸ਼ਾਹੀ ਹੈ। ਅੱਜ ਵੀ ਹਕੂਮਤਾਂ ਇਲੈਕਟੋਰਲ ਪੋਲੀਟੀਕਲ ਸਿਸਟਮ ਬਦਲਦਾ ਰਹਿੰਦਾ ਆ, ਕਦੀ ਕਾਂਗਰਸ ਦਾ ਰਾਜ ਰਿਹਾ, ਕਦੀ ਅਕਾਲੀਆਂ ਦਾ ਰਿਹਾ, ਕਦੀ ਅਕਾਲੀਆਂ ਦਾ ਬੀਜੇਪੀ ਨਾਲ ਰਲ ਕੇ ਰਾਜ ਰਿਹਾ, ਅੱਜ ਆਮ ਆਦਮੀ ਪਾਰਟੀ ਦਾ ਹੈ, ਕੱਲ੍ਹ ਨੂੰ ਇਹ ਲੱਥ ਸਕਦੇ ਨੇ। ਪਰ ਜਿਹੜੀ ਬਿਊਰੋਕਰੈਟਿਕ ਲੌਬੀ ਹੈ, ਜੋ ਪੰਜਾਬ ਦੇ ਉੱਪਰ ਰਾਜ ਕਰਨ ਦੇ ਲਈ ਜੋ ਸੈਕਟਰੀਏਟ ਦਾ ਰੋਲ ਹੈ, ਭੂਮਿਕਾ ਹੈ, ਉਹ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਜਿੰਨੇ ਸਾਡੇ ਪੋਲੀਟੀਕਲ ਲੀਡਰ ਘੱਟ ਪੜ੍ਹੇ ਲਿਖੇ ਆਉਂਦੇ ਨੇ, ਘੱਟ ਜਾਣਕਾਰ, ਘੱਟ ਤਜਰਬੇਕਾਰ ਆਉਂਦੇ ਨੇ, ਘੱਟ ਜ਼ੁਰਤ ਗੈਰਤ ਰੱਖਣ ਵਾਲੇ ਆਉਂਦੇ ਨੇ, ਉਨੀ ਅਫਸਰਸ਼ਾਹੀ ਸਟਰੋਂਗ ਹੁੰਦੀ ਹੈ। ਤੋ ਇੱਕ ਕਿਸਮ ਦਾ ਜਿਹੜਾ ਅੰਗਰੇਜ਼ਾਂ ਨੇ ਦਿੱਤਾ ਹੋਇਆ ਮਾਡਲ ਉਹ ਅੱਜ ਵੀ ਚੱਲ ਰਿਹਾ, ਉਹ ਡੀਪ ਸਟੇਟ ਤੱਕ ਦਾ ਡੂੰਘਾ ਸਟਰਕਚਰ ਹੁੰਦਾ, ਜਿਹਦੇ ਬਾਰੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਚਰਚਾ ਹੈ। ਭਾਵੇਂ ਕਿਸੇ ਨੂੰ ਕਿੰਨੀ ਕੁ ਸਮਝ ਹੈ, ਇਹ ਤਾਂ ਸੰਗਤ ਜ਼ਿਆਦਾ ਜਾਣਦੀ ਹੈ ਇਸ ਗੱਲ ਦੀ। ਦੂਸਰਾ ਕੰਮ ਜਿਹੜਾ ਉਹਨਾਂ ਨੇ ਇਸ ਪ੍ਰਸ਼ਾਸਨਿਕ ਸੁਧਾਰ ਤੋਂ ਬਾਅਦ ਕੀਤਾ, ਉਹ ਸੀ ਇੱਥੇ ਇੱਕ ਐਜੂਕੇਸ਼ਨ ਪੋਲਿਸੀ ਲਾਗੂ ਕਰਨ ਦਾ। ਉਹਨਾਂ ਨੇ ਜੋ ਇੱਥੇ ਗਿਆਨ ਦਾ ਪ੍ਰਬੰਧ ਪਹਿਲਾਂ ਚੱਲ ਰਿਹਾ ਸੀਗਾ, ਜੋ ਸਾਡੇ ਮੁਸਲਮਾਨ ਭਰਾਵਾਂ ਵੱਲੋਂ ਸਥਾਪਿਤ ਕੀਤੇ ਹਦੀਰੇ ਮਦਰੱਸੇ ਸਨ, ਜਾਂ ਠਾਕਰ ਦੁਆਰੇ ਜੋ ਹਿੰਦੂ ਪਰੰਪਰਾਵਾਂ ਦਾ ਗਿਆਨ ਦੇਣ ਲਈ ਕੇਂਦਰ ਸਨ, ਜਾਂ ਫਿਰ ਆਸ਼ਰਮ ਸਨ, ਜਾਂ ਜਿਹੜੇ ਕਾਸ਼ੀ ਦੇ, ਬਨਾਰਸ ਦੇ, ਅਤੇ ਜਿਹੜੇ ਇੱਥੋਂ ਹਰਿਦੁਆਰ ਦੇ ਪਾਂਡਿਆਂ ਨੇ ਸਥਾਪਿਤ ਕੀਤੇ ਸਨ ਆਪਣੇ ਵਿਦਿਆਲੇ, ਇਸੇ ਤਰ੍ਹਾਂ ਸਿੱਖਾਂ ਦੇ ਵੀ ਵਿਦਿਆਲੇ ਸਨ, ਇਕੱਲੇ ਅੰਮ੍ਰਿਤਸਰ ਦੇ ਵਿੱਚ ਲੜਕੀਆਂ ਦੇ ਵੀ ਸਕੂਲ ਸਨ, ਇਸ ਤਰ੍ਹਾਂ ਉਹਨਾਂ ਦੀ ਗਿਣਤੀ ਵੀ ਸਾਹਮਣੇ ਆ ਚੁੱਕੀ ਹੈ। ਇੱਥੇ ਦਾ ਇੱਕ ਪੂਰਾ ਪ੍ਰਬੰਧ ਸੀ। ਇੱਕ ਬੰਦੇ ਨੇ 1100-1200 ਸਫ਼ੇ ਦੀ ਕਿਤਾਬ ਵੀ ਲਿਖੀ ਹੈ ਇੰਡੀਜਨਸ ਐਜੂਕੇਸ਼ਨ ਸਿਸਟਮ ਦੇ ਉੱਤੇ, ਜਿਹੜਾ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਸਥਾਪਿਤ ਕੀਤਾ ਸੀ। ਮੈਂ ਉਹਦੀ ਡਿਟੇਲ 'ਚ ਨਹੀਂ ਜਾਂਦਾ, ਪਰ ਮੈਂ ਕਹਿੰਦਾ ਕਿ ਇੱਥੇ ਇੱਕ ਐਜੂਕੇਸ਼ਨ ਸਿਸਟਮ ਸੀ, ਜਿਵੇਂ ਇੱਥੇ ਇੱਕ ਰਾਜ ਦਾ ਪ੍ਰਬੰਧ ਸੀ। ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਸੀ, ਉਹਦੇ ਵਿੱਚ ਵੀ ਅਹਿਲਕਾਰ ਹੁੰਦੇ ਸਨ, ਮੰਤਰੀ ਹੁੰਦੇ ਸਨ, ਥੱਲੇ ਵਾਲੇ ਲੈਵਲ ਤੱਕ, ਨੰਬਰਦਾਰ ਲੈਵਲ ਤੱਕ ਪ੍ਰਬੰਧ ਸੀ। ਪਰ ਅੰਗਰੇਜ਼ਾਂ ਨੇ ਆ ਕੇ ਉਸ ਨੂੰ ਬਦਲਿਆ, ਅਤੇ ਉਹਨੂੰ ਆਪਣੇ ਪ੍ਰਬੰਧ ਨੂੰ ਜ਼ਿਆਦਾ ਨਿਆਂਕਾਰੀ, ਲੋਕਾਂ ਦੇ ਲਈ ਜ਼ਿਆਦਾ ਲਾਭਕਾਰੀ ਪ੍ਰਚਾਰਿਆ, ਅਤੇ ਜਿਹੜਾ ਪਹਿਲਾ ਪ੍ਰਬੰਧ ਸੀ ਉਹਨੂੰ ਨਕਾਰਿਆ। ਤੋ ਉਹਨਾਂ ਨੇ ਇੱਕ ਤਬਦੀਲੀ ਕੀਤੀ ਪ੍ਰਸ਼ਾਸਨਿਕ ਸੁਧਾਰਾਂ ਦੇ ਰਾਹੀਂ ਆਪਣੀ ਹਕੂਮਤ ਨੂੰ ਚਿਰ ਸਥਾਈ ਬਣਾਉਣ ਲਈ, ਪਰ ਇਹ ਉਹਨਾਂ ਨੂੰ ਕਾਫੀ ਨਹੀਂ ਸੀ ਲੱਗਦਾ। ਇਸ ਕਰਕੇ ਉਹਨਾਂ ਨੇ ਲੋਕਾਂ ਨੂੰ ਇੱਕ ਐਜੂਕੇਸ਼ਨ ਸਿਸਟਮ ਦਿੱਤਾ, ਜਿਹਦੇ ਰਾਹੀਂ ਲੋਕ ਜੋ ਬੱਚੇ ਹਨ ਉਹ ਦੁਨਿਆਵੀ ਗਿਆਨ ਹਾਸਲ ਕਰਦੇ ਨੇ, ਉਹ ਦੁਨਿਆਵੀ ਗਿਆਨ ਉਸ ਬ੍ਰਿਟਿਸ਼ ਹਕੂਮਤ ਦੀਆਂ ਲੀਹਾਂ 'ਤੇ ਪ੍ਰਾਪਤ ਹੋਣਾ ਚਾਹੀਦਾ ਹੈ, ਉਹ ਤੁਹਾਡੇ ਮੂਲ ਸੋਮਿਆਂ ਤੋਂ ਸਿੱਧਾ ਤੁਹਾਨੂੰ ਨਹੀਂ ਮਿਲਣਾ ਚਾਹੀਦਾ। ਜੇ ਉਹ ਸਿੱਧਾ ਮਿਲੇਗਾ, ਤੁਹਾਡੇ ਮੂਲ ਸੋਮੇ ਤੁਹਾਨੂੰ ਤੁਹਾਡਾ ਰਾਜ ਸਥਾਪਿਤ ਕਰਨ ਦਾ ਰਾਹ ਦੱਸ ਦੇਣਗੇ, ਤੁਹਾਨੂੰ ਚੇਤਾ ਕਰਾ ਦੇਣਗੇ, ਤੁਹਾਡਾ ਇਤਿਹਾਸ ਤੁਹਾਡੀਆਂ ਰਾਗਾਂ ਦੇ ਵਿੱਚੋਂ ਬੋਲ ਉੱਠੇਗਾ, ਤੁਸੀਂ ਬਗਾਵਤ ਦੇ ਰਾਹ 'ਤੇ ਉੱਠ ਖੜ੍ਹੇ ਹੋਵੋਗੇ। ਇਸ ਕਰਕੇ ਉਹਨਾਂ ਨੇ ਸਾਡੇ ਅਲੀਟ ਕਿਸਮ ਦੇ ਲੋਕਾਂ ਨੂੰ ਪਹਿਲਾਂ ਆਪਣੇ ਨਾਲ ਜੋੜਿਆ, ਉਹਨਾਂ ਨੂੰ ਕਲਚਰ ਦਿੱਤਾ, ਉਹਨਾਂ ਨੂੰ ਐਜੂਕੇਸ਼ਨ ਦਿੱਤੀ, ਉਹਨਾਂ ਨੂੰ ਕਿਹਾ ਕਿ ਜੋ ਤੁਸੀਂ ਪੁਰਾਣਾ ਲੀੜਾ ਕੱਪੜਾ ਪਾਉਂਦੇ ਹੋ, ਆਹ ਚਾਦਰਾਂ ਵੱਡੀਆਂ ਵੱਡੀਆਂ ਪੱਗਾਂ ਬੰਨ੍ਹੀ ਫਿਰਦੇ ਹੋ, ਇਹ ਕੋਈ ਕੰਮ ਹੈ? ਤੁਸੀਂ ਪੈਂਟ ਕੋਟ ਪਾਓ, ਤੁਸੀਂ ਡਾਇਨਿੰਗ ਟੇਬਲ 'ਤੇ ਬੈਠ ਕੇ, ਕੁਰਸੀ 'ਤੇ ਬੈਠ ਕੇ, ਕਾਂਟੇ ਛੁਰੀਆਂ ਦੇ ਨਾਲ ਸਾਡੇ ਅਫਸਰਾਂ ਦੀ ਤਰ੍ਹਾਂ ਪ੍ਰਸ਼ਾਦਾ ਛਕੋ, ਖਾਓ ਭਾਵੇਂ ਦਾਲ ਆਪਣੀ, ਸਾਗ ਭਾਵੇਂ ਆਪਣਾ ਹੀ ਖਾਓ, ਪਰ ਭਾਂਡੇ ਅਤੇ ਚੀਨੀ ਦੇ ਵਰਤੋਂ, ਇਹ ਕਹਿਣ ਦੇ ਪਿੱਤਲ ਦੇ, ਇਹ ਕਿਹੜੇ ਭਾਂਡੇ ਵਰਤੇ ਜਾਂਦੇ, ਇਹ ਤਾਂ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਨੇ। ਸਾਡੇ ਜਿਹੜੇ ਅਮੀਰ ਲੋਕ ਸਨ, ਉਹ ਜੋ ਫੌਜ ਦੇ ਵਿੱਚ ਭਰਤੀ ਹੋਏ ਸਨ, ਫੌਜ ਭਰਤੀ ਹੋਣ ਦੀ ਵੀ ਲੋੜ ਸੀ ਕਿ ਜਦੋਂ ਸਾਡੇ ਬੰਦਿਆਂ ਨੇ ਇੰਨਾ ਸਮਾਂ ਜੰਗ ਕੀਤੀ ਮੁਗਲਾਂ ਦੇ ਨਾਲ, ਲੰਮਾ ਅਰਸਾ ਜੰਗ 'ਚ ਰਹੇ, ਅਫਗਾਨੀ ਧਾੜਵੀਆਂ ਦੇ ਨਾਲ ਜੰਗ 'ਚ ਰਹੇ, ਤਾਂ ਸਾਡਾ ਚਾਹੇ ਅਸੀਂ ਖੇਤੀ ਕਰੀਏ ਚਾਹੇ ਕੁਛ ਹੋਰ ਕਰੀਏ, ਤਾਂ ਸਾਡਾ ਜਿਹੜਾ ਮੂਲ ਕੰਮ ਸੀ ਉਹ ਜੰਗ ਬਣ ਗਿਆ। ਤੋ ਜੰਗੀ ਕਲਾ
ਸਾਡੇ ਨਿਆਣਿਆਂ ਦੇ ਵਿੱਚ ਸੁੱਤੇ ਸਿੱਧ ਆ ਜਾਂਦੀ ਸੀ। ਘੋੜਸਵਾਰੀ, ਨੇਜਾਬਾਜ਼ੀ, ਸ਼ਸਤਰ ਵਿੱਦਿਆ, ਉਹ ਆਪਣੇ ਆਪ ਹੀ ਸਾਡੇ ਅੰਦਰੋਂ ਸਾਡੇ ਖੂਨ 'ਚੋਂ ਬੋਲ ਉੱਠਦੀ ਸੀ ਅਤੇ ਫਿਰ ਸਾਨੂੰ ਚਾਹੇ ਸਾਡੀ ਜ਼ਮੀਨ ਹੋਵੇ ਚਾਹੇ ਨਾ ਹੋਵੇ, ਸਾਡੇ ਲਈ ਪਹਿਲ ਹੁੰਦੀ ਸੀ ਆਪਣਾ ਜੰਗੀ ਕਰਤੱਵ ਦਿਖਾਉਣਾ। ਅਤੇ ਸਾਡੀਆਂ ਖੇਡਾਂ ਵੀ ਇਸ ਤਰ੍ਹਾਂ ਦੀਆਂ, ਤੁਸੀਂ ਤਾਂ ਦੁਆਬੇ ਦੇ ਲੋਕ ਜਿਹੜੇ ਹੋਲੇ ਮੁਹੱਲਾ ਦੇ ਕਿੰਨਾ ਨੇੜਿਓਂ ਸੇਵਾ ਵੀ ਕਰਦੇ ਵਿੱਚ ਵੀ ਸ਼ਾਮਿਲ, ਜਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਖਾਸ ਬਖਸ਼ਿਸ਼ ਹੈ ਇਸ ਇਲਾਕੇ 'ਤੇ, ਤਾਂ ਤੁਹਾਨੂੰ ਤਾਂ ਮੈਂ ਜ਼ਿਆਦਾ ਗੱਲਾਂ ਨਹੀਂ ਦੱਸ ਸਕਦਾ, ਤੁਸੀਂ ਅੱਗੇ ਹੀ ਸੰਗਤ ਅਗਲੇ ਲੈਵਲ 'ਤੇ ਹੈ। ਤਾਂ ਉਹ ਜਿਹੜੀ ਚੀਜ਼ ਸੀ ਸਾਡੇ ਅੰਦਰ, ਜਿਹਨੂੰ ਅੰਗਰੇਜ਼ੀ 'ਚ ਮਾਰਸ਼ਲਟੀ ਕਹਿ ਸਕਦੇ ਹਾਂ, ਉਹ ਸੁੱਤੇ ਸਿੱਧ ਸੀ। ਅਤੇ ਫਿਰ ਅੰਗਰੇਜ਼ਾਂ ਨੂੰ ਲੋੜ ਸੀ ਅਤੇ ਉਹਨਾਂ ਨੇ ਸਾਡੇ ਲਈ ਫੌਜ ਦਾ ਰਾਹ ਖੋਲ੍ਹ ਦਿੱਤਾ ਅਤੇ ਅਸੀਂ ਆਪਣੀ ਜੰਗੀ ਵਿੱਦਿਆ ਜਾਂ ਆਪਣਾ ਜਿਹੜਾ ਜੰਗੀ ਹੁਨਰ ਹੈ ਉਹ ਉਹਨਾਂ ਨੂੰ ਵੇਚ ਦਿੱਤਾ। ਇਹ ਸਾਨੂੰ ਮੰਨਣਾ ਪਏਗਾ ਕਿ ਉਹ ਆਪਣੇ ਦੁਸ਼ਮਣ ਨੂੰ ਆਪਣੀ ਫੌਜੀ ਸ਼ਕਤੀ ਦੇਣੀ, ਇਹ ਕੋਈ ਸਿਆਣਪ ਤਾਂ ਨਾ ਕਹੀ ਜਾਏਗੀ। ਆਪਣੇ ਦੁਸ਼ਮਣ ਨੂੰ ਆਪਣਾ ਘੋੜਾ ਵੇਚ ਦੇਣਾ, ਆਪਣੇ ਦੁਸ਼ਮਣ ਨੂੰ ਆਪਣਾ ਸ਼ਸਤਰ ਵੇਚ ਦੇਣਾ, ਇਹ ਕੋਈ ਸਿਆਣਪ ਤਾਂ ਨਹੀਂ ਕਹੀ ਜਾਏਗੀ। ਜੇ ਵੱਡਿਆਂ ਨੇ ਕੀਤਾ ਤਾਂ ਮੰਨਣਾ ਪਏਗਾ ਉਹਨਾਂ ਨੇ ਗਲਤ ਕੀਤਾ। ਉਹ ਹਕੂਮਤ ਜਿਹਨੇ ਸਾਡੇ 'ਤੇ ਰਾਜ ਕਰਨਾ ਆ, ਉਹਦੀ ਸੈਨਿਕ ਸ਼ਕਤੀ ਨੂੰ ਵਧਾਉਣ ਲਈ ਸਾਡੇ ਬੰਦਿਆਂ ਨੇ ਆਪਣਾ ਟੈਲੈਂਟ ਉਹਨਾਂ ਨੂੰ ਵੇਚ ਦਿੱਤਾ, ਉਹਨਾਂ ਕੋਲ ਤਨਖਾਹਾਂ ਲਈਆਂ, ਇੱਥੇ ਰੁਕੇ ਨਹੀਂ। ਅੰਗਰੇਜ਼ਾਂ ਨੇ ਕਿਹਾ ਤੁਹਾਡੇ ਘਰਾਂ ਦੇ ਵਿੱਚੋਂ ਮੁਸ਼ਕ ਆਉਂਦਾ, ਇਹਨਾਂ ਨੇ ਉਹਨਾਂ ਦੀ ਤਰਜ਼ 'ਤੇ ਆਪਣੇ ਘਰਾਂ ਦੇ ਫਰਸ਼ ਪੱਕੇ ਕਰ ਲਏ। ਪਹਿਲਾਂ ਫੌਜ ਨੇ ਕੀਤੇ ਕਿਉਂਕਿ ਅੰਗਰੇਜ਼ਾਂ ਦੇ ਅਫਸਰਾਂ ਨਾਲ ਰਹਿੰਦੇ ਸਨ, ਇਹਨਾਂ ਦੇ ਅੰਦਰ ਅੰਗਰੇਜ਼ਾਂ ਦੀਆਂ ਔਰਤਾਂ ਅਤੇ ਹੋਰ ਉਹ ਚੀਜ਼ ਗਲੈਮਰਾਈਜ਼ ਹੋ ਚੁੱਕੀ ਸੀ। ਇਹਨਾਂ ਨੇ ਆਪਣੀਆਂ ਔਰਤਾਂ ਨੂੰ ਪਹਿਰਾਵੇ ਤੋਂ ਬਾਹਰ ਕਰਕੇ ਫਰਾਕਾਂ ਪਾਈਆਂ, ਇਹਨਾਂ ਨੇ ਪਹਿਲਾਂ ਪੈਂਟਾਂ ਪਾਈਆਂ, ਇਹਨਾਂ ਨੇ ਪਹਿਲਾਂ ਬੂਟ ਪਾਏ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਵੀ ਖਾਲਸਾ ਫੌਜ ਦੇ ਵਿੱਚ ਇੱਕ ਖਾਸ ਦਸਤਾ ਬਣਾ ਚੁੱਕਾ ਸੀ, ਜਿਹਨੂੰ ਫੌਜੇ ਖਾਸ ਕਹਿੰਦੇ ਸੀ, ਉਹਨੇ ਵੀ ਉਹਨੂੰ ਪਤਲੂਨ ਕਹਿੰਦੇ ਸੀ, ਉਸ ਵੇਲੇ ਪੈਂਟ ਪਾ ਲਈ ਸੀ, ਬੂਟ ਪਾ ਲਿਆ ਸੀ, ਪਰ ਹੋਰ ਉਹਦਾ ਤਰੀਕਾ ਹੋਰ ਸੀ। ਉਹ ਆਪਣੀਆਂ ਰਵਾਇਤਾਂ ਨਾਲ ਜੁੜੇ ਹੋਏ ਲੋਕ ਸਨ, ਉਹਨਾਂ ਨੂੰ ਆਪਣੇ ਘਰਾਂ 'ਚੋਂ ਹਾਲੇ ਮੁਸ਼ਕ ਆਉਣਾ ਸ਼ੁਰੂ ਨਹੀਂ ਸੀ ਹੋਇਆ, ਉਹਨਾਂ ਦੇ ਘਰਾਂ 'ਚ ਅਜੇ ਡਾਇਨਿੰਗ ਟੇਬਲ ਨਹੀਂ ਸੀ ਵੜਿਆ, ਉਹਨਾਂ ਦੀਆਂ ਸਬਾਤਾਂ ਉਵੇਂ ਹੀ ਸਨ, ਉਹਨਾਂ ਦੇ ਘਰ ਵੱਡਿਆਂ ਦਾ ਸਤਿਕਾਰ ਉਵੇਂ ਹੀ ਸੀ। ਪੜ੍ਹਾਈ ਦਾ ਕਰਕੇ ਨਵੀਂ ਪੀੜ੍ਹੀ ਬਜ਼ੁਰਗਾਂ ਨੂੰ ਰੱਦ ਨਹੀਂ ਸੀ ਕਰਨ ਲੱਗੀ। ਜੇ ਬਜ਼ੁਰਗ ਕਹਿ ਦਿੰਦੇ ਸਨ ਕਿ ਅੱਜ ਨਹੀਂ ਤੁਰਨਾ ਤਾਂ ਉਹ ਨਹੀਂ ਤੁਰਦੇ ਸਨ, ਜੇ ਬਜ਼ੁਰਗ ਕਹਿ ਦਿੰਦੇ ਸਨ ਇੱਥੇ ਵਿਆਹ ਕਰਾਓ ਉਹ ਕਰਵਾ ਲੈਂਦੇ ਸਨ, ਜੇ ਬਜ਼ੁਰਗਾਂ ਨੂੰ ਪਤਾ ਲੱਗ ਜੇ ਸਾਡੇ ਬੱਚੇ ਨੇ ਕੋਈ ਇਲਤ ਕੀਤੀ ਹੈ ਉਹ ਜੁੱਤੀਆਂ ਮਾਰਨ ਪੰਚਾਇਤ 'ਚ ਬਿਠਾ ਕੇ ਲੋਕ ਖਾਂਦੇ ਸਨ। ਪਰ ਨਵੀਂ ਜਦੋਂ ਇਹ ਸਾਰੀ ਐਜੂਕੇਸ਼ਨ ਪੋਲਿਸੀ ਆਈ, ਨਵਾਂ ਕਲਚਰ ਆ ਰਿਹਾ ਸੀਗਾ, ਇਹਨਾਂ ਨੇ ਸਾਡੇ ਅਲੀਟ ਨੂੰ, ਸਾਡੇ ਅਮੀਰ ਲੋਕਾਂ ਨੂੰ, ਕੁਝ ਲੋਕਾਂ ਨੂੰ ਅਮੀਰ ਕੀਤਾ ਵੀ, ਅਤੇ ਉਹਨਾਂ ਨੂੰ ਇਹ ਜੋ ਉਹਨਾਂ ਦਾ ਮਾਡਲ ਸੀਗਾ ਜਾਂ ਮੁਗਲਾਂ ਦਾ ਸੀਗਾ ਚਾਹੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਸੀਗਾ, ਜਿਵੇਂ ਜਗੀਰਾਂ ਦੇ ਦਿੰਦੇ ਸੀਗੇ ਜਾਂ ਹੋਰ ਅਮੀਰੀ ਦਾ ਰਾਹ ਖੋਲ੍ਹ ਦਿੰਦੇ ਸੀਗੇ, ਇਵੇਂ ਉਹਨਾਂ ਨੇ ਸਾਡੇ ਬੰਦਿਆਂ ਨੂੰ ਆਪਣੇ ਨਾਲ ਜੋੜਿਆ ਅਤੇ ਉਹਨਾਂ ਦਾ ਸੱਭਿਆਚਾਰ, ਉਹਨਾਂ ਦੀ ਰਹਿਤਲ ਨੂੰ ਤਬਦੀਲ ਕੀਤਾ ਅਤੇ ਉਹਨਾਂ ਨੂੰ ਕਿਹਾ ਆਪਣੇ ਬੱਚਿਆਂ ਨੂੰ ਸਾਡੇ ਸਕੂਲਾਂ 'ਚ ਪੜ੍ਹਾਓ। ਉਹਨਾਂ ਦੇ ਸਕੂਲਾਂ ਵਿੱਚ ਕੀ ਪੜ੍ਹਾਇਆ ਜਾਂਦਾ ਸੀ ਕਿ ਕੁਛ ਗੱਲਾਂ ਪੁਰਾਣੀਆਂ ਹਨ, ਵਹਿਮ ਭਰਮ 'ਤੇ ਆਧਾਰਿਤ ਹਨ, ਜਿਨ੍ਹਾਂ ਦਾ ਕੋਈ ਤਰਕ ਨਹੀਂ ਹੈ, ਬੁੱਧੀ ਦੇ ਆਧਾਰ 'ਤੇ ਦੱਸਿਆ ਨਹੀਂ ਜਾ ਸਕਦਾ ਰੱਬ ਕੀ ਹੈ, ਰੱਬ ਦਿਸਦਾ ਨਹੀਂ ਕਿਤੇ ਵੀ, ਮਾਨਤਾ ਹੈ। ਦੇਖੋ ਇਹਦੇ ਮੁਕਾਬਲੇ 'ਤੇ ਅਸੀਂ ਵਿਗਿਆਨ ਦਿੰਦੇ ਹਾਂ, ਵਿਗਿਆਨ ਦੇ ਵਿੱਚ ਦੱਸਿਆ ਜਾ ਸਕਦਾ ਵੀ H2O ਪਾਣੀ ਹੈ, ਅਸੀਂ ਤੁਹਾਨੂੰ ਪਾਣੀ ਬਣਾ ਕੇ ਵਿਖਾ ਦਿੰਦੇ ਹਾਂ। ਵਿਗਿਆਨ ਦੇ ਨਾਲ ਪਾਣੀ ਨੂੰ ਠੰਡਾ ਕੀਤਾ ਜਾ ਸਕਦਾ, ਉਹਨਾਂ ਨੇ ਫਰਿੱਜ ਬਣਾ ਕੇ ਵਿਖਾਈ। ਮਹਾਰਾਜਾ ਰਣਜੀਤ ਸਿੰਘ ਵੀ ਹੈਰਾਨ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਅੰਗਰੇਜ਼ਾਂ ਨੇ ਸਕੂਲ ਖੋਲ੍ਹਣ ਲਈ ਬੇਨਤੀ ਕੀਤੀ, ਦੇਖੋ ਮਹਾਰਾਜੇ ਦੀ ਸਿਆਣਪ, ਪੜ੍ਹਿਆ ਨਹੀਂ ਸੀ ਉਹ, ਪਰ ਉਹ ਸਿਆਣਾ ਸੀ ਕਿਉਂਕਿ ਸਿਆਣਪ ਨੂੰ ਡਿਗਰੀ ਦੀ ਲੋੜ ਨਹੀਂ ਹੁੰਦੀ। ਮਹਾਰਾਜਾ ਰਣਜੀਤ ਸਿੰਘ ਦੇ ਕੋਲ ਮਿਸ਼ਨਰੀਆਂ ਦਾ ਇੱਕ ਦਸਤਾ ਪਹੁੰਚਿਆ, ਉਹਦੇ ਲੀਡਰ ਦਾ ਵੀ ਨਾਂ ਇਤਿਹਾਸ 'ਚ ਆਉਂਦਾ, ਉਹਨੇ ਕਿਹਾ ਕਿ ਅਸੀਂ ਇੱਥੇ ਤੁਹਾਡੇ ਇੱਕ ਸਕੂਲ ਖੋਲ੍ਹਣਾ ਚਾਹੁੰਦੇ ਹਾਂ। ਮਹਾਰਾਜੇ ਨੇ ਜਨਰਲ ਹਰੀ ਸਿੰਘ ਨਲਵੇ ਨੂੰ ਬੁਲਾਇਆ, ਖੜਕ ਸਿੰਘ ਨੂੰ ਬੁਲਾਇਆ, ਹੋਰ ਆਪਣੇ ਅਹਿਲਕਾਰਾਂ ਨੂੰ ਬੁਲਾਇਆ, ਬੁਲਾ ਕੇ ਇੱਕ ਇਕੱਤਰਤਾ ਰੱਖੀ, ਮੀਟਿੰਗ ਕੀਤੀ। ਉਹਨਾਂ ਨੂੰ ਕਹਿੰਦਾ ਦੱਸੋ ਤੁਹਾਡਾ ਕੀ ਮੁਤਾਲਬਾ ਹੈ, ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ, ਖੁੱਲ੍ਹ ਕੇ ਦੱਸੋ। ਉਹਨਾਂ ਦੱਸਿਆ ਸਕੂਲ ਖੋਲ੍ਹਣਾ, ਉਹਦਾ ਕਹਿੰਦਾ ਉਹਦੇ ਲਈ ਸਾਡੇ ਵੱਲੋਂ ਕੀ ਚਾਹੀਦਾ, ਉਹ ਕਹਿੰਦੇ ਜੀ ਜ਼ਮੀਨ ਚਾਹੀਦੀ ਹੈ, ਬਿਲਡਿੰਗ ਚਾਹੀਦੀ ਹੈ, ਇਹ ਹੈ ਵੋ ਹੈ। ਉਹ ਕਹਿੰਦਾ ਪੜ੍ਹਾਓਗੇ ਕੀ।
ਉਹਨਾਂ ਦੱਸਿਆ ਜੀ ਅਸੀਂ ਉਹਨਾਂ ਨੂੰ ਸਾਇੰਸ ਪੜ੍ਹਾਵਾਂਗੇ, ਆਹ ਕਰਾਂਗੇ, ਉਹ ਕਰਾਂਗੇ, ਅਤੇ ਨਾਲ ਅਸੀਂ ਬਾਈਬਲ ਪੜ੍ਹਾਵਾਂਗੇ। ਮਹਾਰਾਜਾ ਕਹਿੰਦਾ ਬਾਈਬਲ ਤਾਂ ਵਿਗਿਆਨ ਦਾ ਗ੍ਰੰਥ ਨਹੀਂ ਹੈ, ਬਾਈਬਲ ਤੁਹਾਡੇ ਧਰਮ ਦਾ ਗ੍ਰੰਥ ਹੈ, ਉਹ ਕਿਉਂ ਪੜ੍ਹਾਓਗੇ? ਉਹ ਕਹਿੰਦੇ ਨਹੀਂ, ਬਾਈਬਲ ਵੀ ਵਿਗਿਆਨਕ ਗ੍ਰੰਥ ਹੈ, ਅਸੀਂ ਉਹਨੂੰ ਵਿਗਿਆਨਕ ਤਰੀਕੇ ਨਾਲ ਪੜ੍ਹਾਵਾਂਗੇ, ਉਹਦੇ ਵਿੱਚ ਉਹ ਧਰਮ ਦੀ ਵਿਗਿਆਨਕ ਸਮਝ ਪੈਦਾ ਹੋਏਗੀ। ਮਹਾਰਾਜਾ ਕਹਿੰਦਾ ਦੌੜ ਜਾਓ ਇੱਥੇ। ਆਪਣੇ ਅਹਿਲਕਾਰਾਂ ਨੂੰ ਕਿਹਾ ਇਹਨਾਂ ਨੂੰ ਕੀਮਤੀ ਦੁਸ਼ਾਲੇ ਦੇ ਕੇ ਪੰਜਾਬ ਦੀ ਧਰਤੀ ਤੋਂ, ਖਾਲਸਾ ਰਾਜ ਦੀ ਧਰਤੀ ਤੋਂ ਬਾਹਰ ਕਰ ਦਿਓ, ਅਤੇ ਧਿਆਨ ਰੱਖਿਓ ਮੁੜ ਕੇ ਕਦੀ ਮੇਰੀ ਹੱਦਾਂ ਨਾ ਲੰਘ ਜਾਣ। ਉਹਨੇ ਦੌੜਾ ਦਿੱਤਾ ਉਹਨਾਂ ਨੂੰ, ਅਸੀਂ ਪੈਸੇ ਦੇ ਦੇ ਕੇ ਆਪਣੇ ਕ੍ਰਿਸਚਨ ਸਕੂਲਾਂ ਦੇ ਨਿਆਣੇ ਪੜ੍ਹਾਉਂਦੇ ਹਾਂ, ਸਾਡਾ ਅਤੇ ਮਹਾਰਾਜ ਦਾ ਕਿੰਨਾ ਫਰਕ ਪੈ ਗਿਆ। ਇਹ ਫਰਕ ਉਸ ਸਿਸਟਮ ਨੇ ਪਾਇਆ ਜਿਹੜਾ ਅੰਗਰੇਜ਼ਾਂ ਨੇ ਖੜਾ ਕੀਤਾ ਸੀ। ਅਸੀਂ ਕੋਲੋਂ ਪੈਸੇ ਦਿੰਦੇ ਹਾਂ। ਮੈਂ ਇੱਕ ਹਕੀਕਤ ਤੁਹਾਨੂੰ ਆਪਣੇ ਪਿੰਡ ਦੀ ਸਾਂਝੀ ਕਰਦਾ। ਸਾਡੇ ਪਿੰਡ ਦਾ ਇੱਕ ਸਿੰਘ, ਇੱਕ ਕ੍ਰਿਸਚਨ ਸਕੂਲ ਸੀਗਾ, ਮੈਂ ਕ੍ਰਿਸਚਨ ਸਕੂਲਾਂ ਦੇ ਬਰਖਿਲਾਫ ਨਹੀਂ ਹੈ, ਉਹਨਾਂ ਵਿਚਾਰਿਆਂ ਨੂੰ ਵੀ ਨਹੀਂ ਪਤਾ ਹੋਣਾ ਉਹ ਕੀ ਕਰ ਰਹੇ ਨੇ, ਉਹ ਤਾਂ ਲੋਕਲ ਨੇ ਇੱਥੋਂ ਕੇਰਲਾ ਸਾਈਡ ਤੋਂ ਕਿਤੇ ਹੋਰ ਆ ਕੇ ਪੜ੍ਹਾਈ ਜਾਂਦੇ, ਉਹਨਾਂ ਨੂੰ ਨਹੀਂ ਪਤਾ ਉਹ ਕੀ ਕਰ ਰਹੇ, ਉਹ ਪੁਰਾਣੇ ਸਿਸਟਮ 'ਚ ਜੁੜੇ ਹੋਏ ਨੇ, ਜਿਹੜੀ ਮਿਸ਼ਨਰੀ ਸੁਸਾਇਟੀ ਹੈ ਜਾਂ ਚਰਚ ਸੁਸਾਇਟੀ ਆਫ ਇੰਗਲੈਂਡ ਹੈ ਜਾਂ ਅਮੈਰੀਕਨ ਚਰਚ ਸੁਸਾਇਟੀ ਹੈ, ਉਹ ਪਿੱਛੋਂ ਫੰਡਿੰਗ ਕਰਦੀਆਂ ਕਰੋੜਾਂ ਰੁਪਈਆਂ ਦੀ, ਉਹਦੇ ਨਾਲ ਇਹ ਸਾਰਾ ਐਜੂਕੇਸ਼ਨ ਸਿਸਟਮ ਚੱਲਦਾ। ਇਸ ਤਰ੍ਹਾਂ ਦੇ ਹਿੰਦੁਸਤਾਨ ਦੀਆਂ ਵੀ ਨੀਤੀਆਂ ਹਨ ਸਾਡੇ ਪ੍ਰਤੀ, ਉਹ ਕੋਈ ਬਾਹਲੇ ਪੱਧਰੇ ਨਹੀਂ, ਪਰ ਆਪਾਂ ਕਿਉਂਕਿ ਅੰਗਰੇਜ਼ਾਂ ਬਾਰੇ ਗੱਲ ਕਰਨੀ ਹੈ ਤਾਂ ਹੋ ਸਕਦਾ 10-20 ਮਿੰਟ ਗਾਂਹ ਚਲੇ ਜੇ ਗੱਲ, ਕਿਉਂਕਿ ਗੱਲ ਡਿਟੇਲ ਵਾਲੀ ਹੈ। ਤੋ ਉਹ ਜਿਹੜਾ ਸਿਸਟਮ ਸੀਗਾ, ਐਜੂਕੇਸ਼ਨ ਸਿਸਟਮ, ਉਸ ਹੁਣ ਤੱਕ ਚੱਲ ਰਿਹਾ। ਅਤੇ ਸਾਡੇ ਪਿੰਡ ਦਾ ਇੱਕ ਸਿੰਘ ਕਿਸੇ ਕਾਰਨ ਕਰਕੇ, ਉਹ ਕੋਈ ਬੱਸ ਦਾ ਮਸਲਾ ਸੀਗਾ, ਉਹ ਉਹਨਾਂ ਦੇ ਨਾਲ ਉਲਝ ਪਿਆ। ਸੇਂਟ ਫਰਾਂਸਿਸ ਸਕੂਲ ਹੈ ਸਾਡੇ ਨੇੜੇ, ਉਹ ਉਲਝ ਪਿਆ ਅਤੇ ਉਹਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਕੋਲੋਂ ਜਿਹੜੇ ਪੈਸੇ ਲੈਂਦੇ ਹੋ, ਉਹਦੀ ਰਸੀਦ ਦੇ ਵਿੱਚ ਜੋ ਲਿਖਿਆ ਹੈ ਉਹਦੇ ਹਿਸਾਬ ਨਾਲ ਤਾਂ ਇੰਨੇ ਪੈਸੇ ਬਣਦੇ ਨੇ ਜਿੰਨੇ ਤੁਸੀਂ ਲੈਂਦੇ ਹੋ, ਮੈਨੂੰ ਡਿਟੇਲ ਦੱਸੋ ਸਾਡੇ ਕੋਲ ਕਿਹੜਾ ਪੈਸਾ ਕਾਹਦੇ ਵਾਸਤੇ ਲੈਂਦੇ ਹੋ। ਉਹਦੇ ਵਿੱਚ ਇੱਕ ਮੱਦ ਸੀ ਕਿ 5,000 ਰੁਪਈਆ ਪ੍ਰਤੀ ਬੱਚਾ ਡੋਨੇਸ਼ਨ ਲੈਂਦੇ ਹਾਂ। ਉਹ ਕਹਿੰਦਾ ਜੀ ਡੋਨੇਸ਼ਨ ਸਹਿਮਤੀ ਨਾਲ ਦਿੱਤੀ ਜਾਂਦੀ ਹੈ, ਮਰਜ਼ੀ ਨਾਲ ਦਿੱਤੀ ਜਾਂਦੀ ਹੈ, ਤੁਸੀਂ ਮੈਨੂੰ ਟੋਟਲ ਫੀਸ ਦੱਸੀ ਹੈ, ਮੈਨੂੰ ਕਦੀ ਦੱਸਿਆ ਨਹੀਂ ਕਿ ਮੇਰੇ ਕੋਲ ਡੋਨੇਸ਼ਨ ਲੈਂਦੇ ਹੋ। ਚਲੋ ਕਹਿੰਦਾ ਇਹ ਵੀ ਹੋ ਗਿਆ, ਮੇਰਾ ਬੱਚਾ 2-4 ਸਾਲ ਪੜ੍ਹ ਗਿਆ, ਡੋਨੇਸ਼ਨ ਵੀ ਦਿੱਤੀ ਗਈ, ਮੈਨੂੰ ਦੱਸੋ ਉਹ ਡੋਨੇਸ਼ਨ ਗਈ ਕਿੱਥੇ। ਉਹ ਕਹਿੰਦੇ ਅਸੀਂ ਨਹੀਂ ਦੱਸ ਸਕਦੇ ਉੱਥੇ, ਕਿਉਂਕਿ ਆਪਣੇ ਵੀ ਬੰਦੇ ਪੜ੍ਹਾਉਂਦੇ ਨੇ, ਆਪਣੀਆਂ ਨਵਾਂ ਧੀਆਂ ਪਿੰਡਾਂ 'ਚੋਂ ਪਰਿਵਾਰਾਂ 'ਚੋਂ ਕੁਛ ਬੰਦੇ ਜਾਂਦੇ ਨੇ ਉੱਥੇ, ਉਹਨਾਂ ਨੂੰ ਮੇਨ ਪ੍ਰਬੰਧ ਵਿੱਚ ਸ਼ਾਮਿਲ ਨਹੀਂ ਕਰਦੇ, ਪਰ ਕਈ ਬੰਦੇ ਆਪਣੀ ਕਾਬਲੀਅਤ ਕਰਕੇ ਭਰੋਸਾ ਜਿੱਤ ਕੇ ਕਿਤੇ ਨਾ ਕਿਤੇ ਪਹੁੰਚ ਜਾਂਦੇ ਨੇ। ਉਹਨਾਂ 'ਚੋਂ ਇੱਕ ਬੰਦੇ ਨੇ ਕਿਹਾ ਕਿ ਮੇਰੇ ਨਾਲ ਸ਼ਾਮਾਂ ਨੂੰ ਵੱਖਰੇ ਹੋ ਕੇ ਗੱਲ ਕਰਿਓ, ਮੈਂ ਤੁਹਾਨੂੰ ਦੱਸ ਦਿਆਂਗਾ। ਅਤੇ ਉਹਨੇ ਦੱਸਿਆ ਇਹ 5,000 ਰੁਪਈਆ ਲੋਕਾਂ ਨੂੰ ਧਰਮ ਪਰਿਵਰਤਨ ਕਰਨ ਲਈ ਦਿੱਤਾ ਜਾਂਦਾ ਹੈ, ਉਹਨਾਂ ਦੀ ਦਵਾਈ ਅਤੇ ਵਿੱਦਿਆ ਫ੍ਰੀ ਹੈ, ਜਿਹੜੇ ਲੋਕ ਕਨਵਰਟ ਹੁੰਦੇ ਨੇ ਉਹਨਾਂ ਦੇ ਬੱਚੇ ਇੱਥੇ ਫ੍ਰੀ ਪੜ੍ਹਦੇ ਨੇ। ਤੋ ਇਹ ਹੈ ਉਹ ਠੱਗੀ ਜਿਹੜੀ ਸਾਡੇ ਨਾਲ ਹੋ ਰਹੀ ਸੀਗੀ ਉਸ ਐਜੂਕੇਸ਼ਨ ਸਿਸਟਮ ਦੇ ਰਾਹੀਂ। ਤੋ ਉਹਨਾਂ ਨੇ ਇੱਕ ਐਜੂਕੇਸ਼ਨ ਪੋਲਿਸੀ ਦਿੱਤੀ ਜਿਹੜੀ ਹਿੰਦੁਸਤਾਨ ਦੇ ਲਈ ਇੰਗਲੈਂਡ ਤੋਂ ਨਿਸ਼ਚਿਤ ਹੁੰਦੀ ਸੀ। ਉਹਦੇ ਪਿੱਛੇ ਬਹੁਤ ਵੱਡੇ ਵਿਦਵਾਨ ਉਹਨਾਂ ਦੇ ਕੰਮ ਕਰਦੇ ਸਨ, ਲਾਰਡ ਮੈਕੌਲੇ ਉਹਨਾਂ ਦੀ ਪਾਰਲੀਮੈਂਟ ਵਿੱਚ ਕਹਿੰਦਾ ਕਿ ਸਾਨੂੰ ਆਪਣੇ ਰਾਜ ਨੂੰ ਚਿਰ ਸਥਾਈ ਕਰਨ ਲਈ ਉੱਥੇ ਇੱਕ ਨਸਲ ਪੈਦਾ ਕਰਨੀ ਪਏਗੀ ਜਿਨ੍ਹਾਂ ਦੀ ਸ਼ਕਲ ਹਿੰਦੁਸਤਾਨੀਆਂ ਵਰਗੀ ਹੋਏਗੀ ਪਰ ਜਿਨ੍ਹਾਂ ਦਾ ਦਿਮਾਗ ਸਾਡੇ ਵਰਗਾ ਹੋਏਗਾ, ਕਿਉਂਕਿ ਲੋਕਾਂ ਦਾ ਸੋਚਣ ਦਾ ਤਰੀਕਾ ਬਦਲਣਾ ਪਏਗਾ। ਇਸ ਕਰਕੇ ਉਹਨਾਂ ਨੇ ਇੱਕ ਨੌਲੇਜ ਸਿਸਟਮ ਪੈਦਾ ਕੀਤਾ ਜਿਹਦੇ ਨਾਲ ਲੋਕ ਇਸ ਦੁਨੀਆਂ ਨੂੰ ਇਸ ਤਰ੍ਹਾਂ ਸਮਝਦੇ ਸਨ ਜਿਵੇਂ ਅੰਗਰੇਜ਼ ਉਹਨਾਂ ਨੂੰ ਚਾਹੁੰਦੇ ਸਨ ਕਿ ਸਮਝਣ। ਉਹਦੇ ਨਾਲ ਧਰਮ ਦੀ ਵਿਆਖਿਆ ਵੀ ਬਦਲੀ, ਉਹਨਾਂ ਨੇ ਇੱਕ ਕਲਚਰਲ ਪੋਲਿਸੀ ਬਣਾਈ, ਸਾਡੇ ਕਲਚਰ ਨੂੰ ਨੀਵਾਂ ਵਿਖਾਇਆ ਗਿਆ, ਸਾਡੇ ਭਾਂਡਿਆਂ ਨੂੰ ਨਿੰਦਿਆ ਗਿਆ, ਸਾਡੀਆਂ ਸਬਾਤਾਂ ਨੂੰ ਨਿੰਦਿਆ ਗਿਆ, ਸਾਡੇ ਖਾਣ ਪੀਣ ਨੂੰ ਨਿੰਦਿਆ ਗਿਆ। ਅਤੇ ਸਾਡੇ ਅਫਸਰਾਂ ਨੇ ਬੜੀ ਖੁਸ਼ੀ ਨਾਲ ਮੰਨ ਲਿਆ ਇਹ ਜੋ ਮੇਮ ਕਹਿ ਰਹੀ ਆ ਇਹ ਠੀਕ ਕਹਿ ਰਹੀ ਹੈ, ਸਾਨੂੰ ਸਾਗ ਨਹੀਂ ਖਾਣਾ ਚਾਹੀਦਾ, ਲੱਸੀ ਪੀਣੀ ਵੀ ਇੱਕ ਬੰਦਿਆਂ ਵਾਲਾ ਕੰਮ ਹੈ, ਸਾਨੂੰ ਤਾਂ ਚਿਮਚੇ ਨਾਲ ਖਾਣਾ ਚਾਹੀਦਾ, ਅਸੀਂ ਹੱਥ 'ਤੇ ਰੱਖ ਕੇ ਪ੍ਰਸ਼ਾਦਾ ਕਿਉਂ ਛਕਦੇ ਹਾਂ, ਭੁੰਜੇ ਚੌਂਕੜਾ ਮਾਰ ਕੇ ਕਿਉਂ ਕਰਦੇ ਹਾਂ, ਇਹ ਅਫਸਰਾਂ ਵਾਲਾ ਕੰਮ ਨਹੀਂ, ਇਹ ਤਾਂ ਨੀਵਿਆਂ ਕੰਮ ਹੈ। ਉਹਨਾਂ ਨੇ ਕੁਰਸੀਆਂ 'ਤੇ ਬਹਿਣਾ ਸ਼ੁਰੂ ਕੀਤਾ, ਉਹਨਾਂ ਨੇ ਆਪਣੇ ਘਰਾਂ ਦੇ ਵਿੱਚ
ਜੋ ਸਾਡਾ ਜੰਗਲ ਪਾਣੀ ਜਾਣ ਦੇ ਲਈ ਇੱਕ ਪ੍ਰਬੰਧ ਸੀਗਾ ਪੁਰਾਣਾ, ਉਹਨੂੰ ਰੱਦ ਕਰਕੇ ਘਰਾਂ ਦੇ ਵਿੱਚ ਫਲੱਸ਼ ਬਣਾਇਆ। ਧਰਤੀ ਦੇ ਨਾਲ ਕਨੈਕਸ਼ਨ ਕੱਟਿਆ ਗਿਆ ਸਾਡਾ, ਅਸੀਂ ਧਰਤੀ ਨਾਲ ਜੁੜਨੋਂ ਹਟ ਗਏ। ਸਾਡੇ ਲੋਕ ਨੰਗੇ ਪੈਰੇ ਰਹਿੰਦੇ ਸਨ, ਧਰਤੀ ਨਾਲ ਜੁੜੇ ਰਹਿੰਦੇ ਸਨ। ਅੱਜ ਵੀ ਸਿਆਣੇ ਜੋ ਸਾਡੇ ਦੇਸੀ ਵੈਦ ਆ, ਉਹ ਬੰਦਿਆਂ ਨੂੰ ਕਹਿੰਦੇ ਆ ਘੰਟਾ ਦੋ ਘੰਟੇ ਨੰਗੇ ਪੈਰੀਂ ਤੁਰੋ, ਅੱਧੀਆਂ ਬਿਮਾਰੀਆਂ ਹਟ ਜਾਣਗੀਆਂ। ਜੁੱਤੀ ਨੇ ਸਾਨੂੰ ਧਰਤੀ ਨਾਲੋਂ ਤੋੜ ਦਿੱਤਾ ਆ, ਵੱਖ ਕਰ ਦਿੱਤਾ ਹੈ। ਮੈਨੂੰ ਆਪਣੇ ਬਜ਼ੁਰਗਾਂ ਦਾ ਪਤਾ ਹੈ, ਉਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਜਦੋਂ ਘਰੋਂ ਤੁਰਦੇ ਸਨ ਤਾਂ ਜੁੱਤੀ ਸੋਟੇ ਨਾਲ ਬੰਨ੍ਹ ਕੇ ਮੋਢੇ 'ਤੇ ਲਮਕਾ ਲੈਂਦੇ ਸਨ, ਅਤੇ ਜਦੋਂ ਜਿੱਥੇ ਪਹੁੰਚਣਾ ਹੁੰਦਾ ਸੀਗਾ ਉਹਦੇ ਨੇੜੇ ਪਹੁੰਚ ਕੇ ਫਿਰ ਉਹ ਜੁੱਤੀ ਪਾ ਲੈਂਦੇ ਸਨ। ਇਹ ਸਾਰੇ ਪੁਰਾਣੇ ਬਜ਼ੁਰਗਾਂ ਬਾਰੇ ਇਹ ਸੱਚ ਹੋਏਗਾ ਕਿ ਉਹ ਲੋਕ ਸਾਰਾ ਸਫ਼ਰ ਜੁੱਤੀ ਪਾ ਕੇ ਨਹੀਂ ਸੀ ਕਰਦੇ ਜਿਹੜਾ ਤੁਰ ਕੇ ਕਰਨ ਵਾਲਾ ਸੀ। ਫਿਰ ਉਹ ਘੋੜਾ ਰੱਖਦੇ ਸੀਗੇ ਅਤੇ ਘੋੜੇ ਦੇ ਨਾਲ ਵੀ ਇੱਕ ਜਾਨ ਹੋ ਕੇ ਰਹਿਣਾ ਪੈਂਦਾ, ਸ਼ਸਤਰ ਆਪਣੇ ਨਾਲ ਇੱਕ ਜਾਨ ਕਰਕੇ ਰੱਖਦੇ ਸੀਗੇ। ਅਤੇ ਇਹ ਸਭ ਚੀਜ਼ਾਂ ਨੂੰ ਉੱਥੇ ਨਿੰਦਿਆ ਗਿਆ ਅਤੇ ਇੱਕ ਨਵਾਂ ਕਲਚਰ ਦਿੱਤਾ ਗਿਆ ਜਿਹਦੇ ਵਿੱਚ ਆਹ ਪੱਗ ਆਈ, ਇਹ ਪੱਗ ਜੋ ਅਸੀਂ ਟੇਢੀ ਕਰਕੇ ਬੰਨ੍ਹੀ ਹੋਈ ਹੈ ਇਹ ਅੰਗਰੇਜ਼ਾਂ ਦੀ ਦੇਣ ਹੈ। ਕਿਉਂਕਿ ਅੰਗਰੇਜ਼ਾਂ ਨੇ ਕਿਹਾ ਵੀ ਜਿਹੜੀ ਤੁਹਾਡੀ ਦਸਤਾਰ ਹੈ ਨਿਹੰਗ ਸਿੰਘਾਂ ਵਾਲੀ ਗੋਲ ਦਸਤਾਰ ਹੈ, ਉਹ ਸਾਡਾ ਜਿਹੜਾ ਫੌਜੀ ਵਰਦੀ ਵਾਲਾ ਪੈਂਟ ਕੋਟ ਹੈ ਉਹਦੇ ਨਾਲ ਜੱਚਦੀ ਨਹੀਂ ਹੈ, ਅਤੇ ਫਰਾਂਸ ਤੋਂ ਬੜੇ ਬੜੇ ਡਿਜ਼ਾਈਨਰ ਮੰਗਵਾ ਕੇ ਸਾਡੇ ਜਿਹੜੇ ਅਮੀਰ ਰਈਸ ਲੋਕ ਸਨ ਉਹਨਾਂ ਨੂੰ ਪੱਗ ਬੰਨ੍ਹਣੀ ਸਿਖਾਈ ਗਈ, ਅਤੇ ਇਹ ਪੱਗ ਜਿਹੜੀ ਹੈ ਇਹ ਜਿਹੜੇ ਪੇਚ ਸੱਜੇ ਖੱਬੇ ਬੰਨੇ ਕੱਢੇ ਹੋਏ ਨੇ ਇਹ ਸਾਡੇ ਮੱਥੇ 'ਤੇ ਹੁੰਦੇ ਸੀ, ਉਹਨਾਂ ਨੇ ਪੱਗ ਘੁਮਾ ਕੇ ਟੇਢੀ ਕਰ ਦਿੱਤੀ, ਇਹਨੂੰ ਟੇਢੀ ਪੱਗ ਕਹਿੰਦੇ। ਇਹ ਅੱਜ ਕੱਲ੍ਹ ਪਟਿਆਲਾ ਸ਼ਾਹੀ ਵੀ ਇਹਨੂੰ ਕਹੀ ਜਾਂਦੇ ਆ। ਪਟਿਆਲੇ ਵਾਲੇ ਸਾਡੇ 'ਚੋਂ ਜ਼ਿਆਦਾ ਅੱਗੇ ਸਨ ਨਵੀਆਂ ਹਕੂਮਤਾਂ ਨੂੰ ਗਲੇ ਲਾਉਣ ਵਿੱਚ, ਕਦੇ ਅਕਾਲ ਸਹਾਏ ਅਤੇ ਕਦੇ ਸੁਲਤਾਨ ਸਹਾਏ, ਇਹ ਉਹਨਾਂ ਦਾ ਖਾਸਾ ਹੈ। ਅਤੇ ਉਹਨਾਂ ਨੇ ਇਹ ਫਿਰ ਪਟਿਆਲੇ ਦਾ ਇੱਕ ਕਲਚਰ ਸਾਰੇ ਪੰਜਾਬ ਦਾ ਕਲਚਰ ਬਣਾਇਆ। ਇਹ ਸਭ ਚੀਜ਼ਾਂ ਦੇਖਣੀਆਂ ਪੈਣਗੀਆਂ। ਜੇ ਕੋਈ ਚੀਜ਼ ਰੱਦ ਹੁੰਦੀ ਹੈ ਤਾਂ ਉਹ ਕਰਨੀ ਪਏਗੀ, ਅਤੇ ਠੋਕ ਕੇ ਰੱਦ ਕਰਨੀ ਪਏਗੀ। ਇਹ ਗੱਲਾਂ ਦੇ ਉੱਤੇ ਧਿਆਨ ਦੇਵਾਂਗੇ, ਫਿਰ ਪਤਾ ਲੱਗੇਗਾ ਕਿ ਸਾਡੇ ਬੰਦੇ ਕੋਈ ਐਵੇਂ ਸ਼ਹੀਦ ਹੋਣ ਲਈ ਨਹੀਂ ਤੁਰ ਪਏ ਕਿ ਉਹਨਾਂ ਨੂੰ ਚਾਅ ਚੜਿਆ ਕਿ ਚਲੋ ਸ਼ਹੀਦ ਹੋਈਏ ਅਤੇ ਉਹ ਲੜ ਕੇ ਸ਼ਹੀਦ ਹੋ ਗਏ। ਉਹਨਾਂ ਨੂੰ ਇਸ ਫਲਸਫੇ ਦੀ ਸਮਝ ਸੀ, ਜੇ ਇਸ ਰਾਹ 'ਤੇ ਤੁਰੇ ਗਏ ਆਉਣ ਵਾਲੇ ਸਮੇਂ ਵਿੱਚ ਸਭ ਲਾਲ ਹੋ ਜਾਏਗਾ। ਜਿਵੇਂ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਸੀ, ਜੇ ਇਹ ਸਕੂਲ ਬਣ ਗਿਆ, ਜੇ ਇਹ ਸਤਲੁਜ ਟੱਪ ਕੇ ਆ ਗਏ ਤਾਂ ਸਭ ਲਾਲ ਹੋ ਜਾਏਗਾ। ਉਹਦੀਆਂ ਕੁਛ ਜੀਓ ਪੋਲੀਟੀਕਲ ਲੋੜਾਂ ਵੀ ਸਨ ਕਿ ਇਹਦੇ ਵਿੱਚ ਇੱਕ ਸੁਧਾਰ ਹੈ ਜੋ ਅੰਗਰੇਜ਼ਾਂ ਨੇ ਕੀਤਾ, ਇੱਕ ਐਜੂਕੇਸ਼ਨ ਪੋਲਿਸੀ ਹੈ, ਇੱਕ ਕਲਚਰਲ ਪੋਲਿਸੀ ਹੈ, ਜਿਹਦੇ 'ਚ ਮੈਂ ਮੋਟੀਆਂ ਮੋਟੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਜਿਹਦੇ ਸਾਡਾ ਕਲਚਰ ਰੱਦ ਹੁੰਦਾ। ਸਾਡੇ ਮਾਪ ਤੋਲ ਦੇ ਮਾਪਦੰਡ ਬਦਲ ਦਿੱਤੇ ਉਹਨਾਂ ਨੇ। ਅਸੀਂ ਕਹਿੰਦੇ ਸੀ ਤੋਲੇ, ਮਾਸੇ, ਛਟਾਂਕਾਂ, ਸੇਰ, ਮਣ, ਉਹਨਾਂ ਨੇ ਉਹਨੂੰ ਸਟੈਂਡਰਡਾਈਜ਼ ਕੀਤਾ, ਨਹੀਂ ਇਹ ਗ੍ਰਾਮ ਹੁੰਦਾ ਆ, ਫਿਰ ਇੱਥੇ ਕਿਲੋਗ੍ਰਾਮ ਹੁੰਦਾ ਆ, ਇਸ ਤਰ੍ਹਾਂ ਕੁਇੰਟਲ ਹੁੰਦਾ ਆ, ਟਨ ਹੁੰਦਾ, ਉਹਨਾਂ ਨੇ ਉਹਦੇ ਵਿੱਚ ਬਦਲ ਦਿੱਤਾ। ਸਾਡਾ ਸਮਾਂ ਬਦਲ ਦਿੱਤਾ, ਅਸੀਂ ਕਹਿੰਦੇ ਸੀ ਘੜੀਆਂ, ਪਹਿਰ, ਥਿੱਤੀ, ਅਤੇ ਉਹਨਾਂ ਨੇ ਬਦਲ ਕੇ ਉਹਨੂੰ ਸਕਿੰਟ ਅਤੇ ਉਹ ਦੂਜਾ ਸਟੈਂਡਰਡਾਈਜ਼ ਸਿਸਟਮ ਜਿਹੜਾ ਮਿੰਟ ਹੈ, ਘੰਟੇ ਹੈ, ਉਹ 'ਚ ਬਦਲਿਆ। ਉਹਦੇ ਨਾਲ ਜਿਹੜਾ ਸਮਾਂ ਹੈ ਅਤੇ ਜਿਹੜਾ ਸਪੇਸ ਹੈ ਇਹਨੂੰ ਸਮਝਣ ਦੀ ਵਿਧੀ ਬਦਲ ਗਈ, ਅਤੇ ਉਹ ਵਿਗਿਆਨ ਦੀ ਜਿਹੜੀ ਸਾਰੀ ਵਿੱਦਿਆ ਹੈ ਉਹ ਇਹਦੇ 'ਤੇ ਆਧਾਰਿਤ ਹੈ। ਕਿਉਂਕਿ ਵਿਗਿਆਨ ਨੇ ਤੋਲਣਾ ਅਤੇ ਮਿਣਨਾ, ਵੰਡਣਾ ਅਤੇ ਸਮਝਣਾ, ਇਹਦੇ ਲਈ ਉਹਨੂੰ ਇਹ ਚੀਜ਼ਾਂ ਚਾਹੀਦੀਆਂ ਸੀ, ਉਹਨੇ ਸਟੈਂਡਰਡਾਈਜ਼ ਕਰਤਾ। ਉਹ ਵੀ ਖੋਖਲੀਆਂ ਹਨ, ਉਹ 'ਤੇ ਜੇ ਕੁਐਸਚਨ ਖੜਾ ਕਰੀਏ, ਤੁਸੀਂ ਇਹ ਅਜ਼ਿਊਮ ਕੀਤਾ ਹੈ ਕਿ ਇਹਨੂੰ ਇੱਕ ਗ੍ਰਾਮ ਮੰਨ ਲਓ, ਤੁਸੀਂ ਕਹਿਏ ਮੰਨ ਲਓ ਇਹ ਗ੍ਰਾਮ ਹੈ, ਅਸੀਂ ਕਿਉਂ ਮੰਨੀਏ? ਨਹੀਂ ਮੰਨਦੇ ਗ੍ਰਾਮ ਅਸੀਂ, ਅਸੀਂ ਕਹਿੰਦੇ ਰੱਬ ਹੈ, ਤੁਸੀਂ ਮੰਨਦੇ ਨਹੀਂ, ਤੁਸੀਂ ਕਹਿੰਦੇ ਹੋ ਇੱਕ ਗ੍ਰਾਮ ਹੈ, ਇੱਕ ਗ੍ਰਾਮ ਦਾ ਮਾਪਦੰਡ ਕੀ ਹੈ ਵੀ ਉਹ ਇੱਕ ਗ੍ਰਾਮ ਹੈ, ਇੱਕ ਸਕਿੰਟ ਦਾ ਮਾਪਦੰਡ ਕੀ ਹੈ ਕਿ ਉਹ ਇੱਕ ਹੀ ਸਕਿੰਟ ਹੈ, ਜਦੋਂ ਅਸੀਂ ਪਲ ਕਹਿੰਦੇ ਸੀ ਉਹ 'ਚ ਕੀ ਬੁਰਾਈ ਸੀ? ਸਾਡੇ ਸਿਸਟਮ ਨੂੰ ਰੱਦ ਕਰਕੇ ਆਪਣਾ ਸਿਸਟਮ ਖੜਾ ਕੀਤਾ ਗਿਆ, ਆਪਣੀ ਬੋਲੀ ਨੂੰ ਇੰਟਰਨੈਸ਼ਨਲ ਬੋਲੀ ਬਣਾਉਣ ਲਈ ਵੱਡੀਆਂ ਪੋਲਿਸੀਜ਼ ਬਣਾਈਆਂ ਗਈਆਂ। ਲਾਰਡ ਮਕੌਲੇ ਨੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਹ ਬਿੱਲ ਪਾਸ ਕੀਤਾ ਕਿ ਸਾਨੂੰ ਅੰਗਰੇਜ਼ੀ ਨੂੰ ਦੁਨੀਆ ਦੀ ਭਾਸ਼ਾ ਬਣਾਉਣਾ ਪਵੇਗਾ। ਉਹਦੇ ਲਈ ਇੱਕ ਮਹਿਕਮਾ ਬਣਿਆ, ਜਿਹੜੇ ਹਰ ਰੋਜ਼ ਨਵੇਂ ਸ਼ਬਦ ਸਿਰਜਦੇ ਹਨ,
ਸਾਡੀਆਂ ਚੀਜ਼ਾਂ ਨੂੰ ਵਰਤਣ ਦੇ ਲਈ ਜੋ ਅਸੀਂ ਆਪਣੇ ਸ਼ਬਦ ਬਣਾਏ ਹੋਏ ਨੇ ਉਹਨਾਂ ਨੂੰ ਸੱਦਣ ਦੇ ਲਈ ਉਹਨਾਂ ਨੇ ਉਹ ਸਾਰੇ ਸ਼ਬਦ ਤਬਦੀਲ ਕੀਤੇ ਅੰਗਰੇਜ਼ੀ ਦੇ ਸ਼ਬਦ ਉੱਤੇ। ਅਸੀਂ ਕਹਿੰਦੇ ਵਿਦਿਆਲਾ, ਉਹਨਾਂ ਨੇ ਕਿਹਾ ਸਕੂਲ। ਅਸੀਂ ਆਪਣੀਆਂ ਆਪਣੇ ਸਾਧਨ ਵਰਤਦੇ ਸੀਗੇ, ਉਹਨਾਂ ਸਾਧਨਾਂ ਦੇ ਨਾਂ ਬਦਲਤੇ, ਸਾਡਾ ਨਾਪ ਤੋਲ ਬਦਲ ਗਿਆ। ਅਸੀਂ ਕਹਿੰਦੇ ਸੀਗੇ ਦੋ ਸਿਰ ਖੰਡ ਦੇ, ਦੋ ਸਿਰ ਗੁੜ ਵੇਚ ਦਿਓ, ਦੋ ਸਿਰ ਕਣਕ ਹੈ, ਦੋ ਸਿਰ ਚੌਲ ਹੈ। ਉਹਨਾਂ ਨੇ ਸੇਰ ਬਦਲ ਦਿੱਤਾ, ਕਹਿੰਦੇ ਕਿਲੋਗ੍ਰਾਮ ਕਹੋ। ਭਾਸ਼ਾ ਬਦਲੀ, ਦੇਸੀ ਬੰਦਿਆਂ ਦੇ ਵਿੱਚ ਵੀ ਉਹ ਭਾਸ਼ਾ ਆਈ। ਸਾਡੇ ਘਰਾਂ ਨੂੰ ਨਿੰਦਿਆ, ਘਰਾਂ ਦਾ ਰਿਵਾਜ਼ ਬਦਲਿਆ, ਪੱਕੇ ਫਰਸ਼ ਵਾਲੇ ਘਰ। ਇਹ ਨਹੀਂ ਕਿ ਉਹ ਮਾੜੀ ਗੱਲ ਹੈ ਕਿ ਅਸੀਂ ਉਹਨੂੰ ਨਿੰਦੀ ਜਾਣਾ ਕਿ ਪੱਕੇ ਫਰਸ਼ ਵਾਲੇ ਘਰ ਜਿਹੜੇ ਚੰਗੇ ਨਹੀਂ, ਮਹਾਰਾਜ ਨੇ ਪੱਕੇ ਫਰਸ਼ ਵਾਲੇ ਘਰ ਦਿੱਤੇ ਨੇ ਉਦੋਂ, ਪਰ ਉਹ ਕਿਹੜੇ ਸੋਰਮੇ ਤੋਂ ਆ ਰਹੇ ਨੇ, ਉਹ ਕਿਹੜੀ ਨੀਤੀ ਨਾਲ ਆ ਰਹੇ ਨੇ, ਉਹ ਕਿਸੇ ਨੂੰ ਨੀਵਾਂ ਕਰਨ ਲਈ ਨਹੀਂ ਆ ਰਹੇ, ਉਹ ਆਪਣੇ ਆਪ ਪੱਧਰ ਉੱਚਾ ਚੁੱਕਣ ਲਈ ਆ ਰਹੇ ਨੇ। ਪੱਧਰ ਉੱਚਾ ਚੁੱਕਣਾ ਮਾੜਾ ਨਹੀਂ, ਪਰ ਚਲਾਕੀ ਦੇ ਨਾਲ ਲੋਕਾਂ ਨੂੰ ਗੁਲਾਮ ਬਣਾਉਣ ਲਈ, ਗੁੱਡ ਗਵਰਨੈਂਸ ਦਾ ਨਾਰਾ ਦੇ ਕੇ ਉਹਨਾਂ ਨੂੰ ਹਕੂਮਤ ਦੇ ਅਧੀਨ ਕਰਨ ਦੇ ਲਈ ਚਲਾਕੀ ਕਰਨੀ, ਇਹ ਬੇਈਮਾਨੀ ਹੈ। ਅਤੇ ਸਭ ਤੋਂ ਵੱਡੀ ਬੇਈਮਾਨੀ ਉਹਨਾਂ ਨੇ ਇਹ ਕੀਤੀ ਜਿਹੜੇ ਸਾਡੇ ਧਰਮਾਂ ਦੀ ਉਹਨਾਂ ਨੇ ਨਵੀਂ ਵਿਆਖਿਆ ਦਿੱਤੀ। ਉਹਨੂੰ ਟੈਕਨੀਕਲ ਟਰਮੀਨੋਲੋਜੀ ਵਿੱਚ ਕਿਹਾ ਜਾਂਦਾ ਪੋਲੀਟਿਕਸ ਆਫ ਇੰਟਰਪ੍ਰਿਟੇਸ਼ਨ। ਉਹਨਾਂ ਨੇ ਸਾਡੇ ਧਰਮ ਗ੍ਰੰਥਾਂ ਦੀ ਪਹਿਲਾਂ ਟ੍ਰਾਂਸਲੇਸ਼ਨ ਕੀਤੀ ਜਰਮਨ ਭਾਸ਼ਾ ਦੇ ਵਿੱਚ, ਜਰਮਨ ਵਿਦਵਾਨਾਂ ਨੂੰ ਲਾ ਕੇ ਫਿਰ ਉਹਨੂੰ ਪੜ੍ਹਿਆ, ਫਿਰ ਉਹਦੀ ਵਿਆਖਿਆ ਕੀਤੀ, ਫਿਰ ਸਾਨੂੰ ਸਿਖਾਈ, ਅਤੇ ਅਸੀਂ ਆਪਣੀ ਵਿਆਖਿਆ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਦੇ ਤਰੀਕੇ ਨਾਲ ਸਮਝਿਆ। ਉਹਨਾਂ ਨੇ ਕਿਹਾ ਕਿ ਅੰਮ੍ਰਿਤ ਛਕਾਉਣਾ ਬੈਪਟਿਜ਼ਮ ਹੈ, ਸਾਡੇ ਬੰਦਿਆਂ ਨਾਲ ਲਿਖਣਾ ਸ਼ੁਰੂ ਕਰਤਾ ਅੰਮ੍ਰਿਤ ਛਕਾਉਣਾ ਬੈਪਟਿਜ਼ਮ ਹੈ। ਉਹਨਾਂ ਨੇ ਚਰਚ ਦੇ ਨਾਲ ਗੁਰਦੁਆਰੇ ਨੂੰ ਬਰਾਬਰ ਕਰ ਦਿੱਤਾ, ਅਸੀਂ ਮੰਨ ਲਿਆ ਜਿਵੇਂ ਚਰਚ ਦੀਆਂ ਚੀਜ਼ਾਂ ਨੇ ਗੁਰਦੁਆਰਾ ਵੀ ਉਵੇਂ ਫੰਕਸ਼ਨ ਕਰੇ। ਸਿਰਫ ਇੰਨਾ ਕੁ ਫਰਕ ਹੈ ਕਿ ਉਹ ਜੋੜੇ ਪਾ ਕੇ ਚਲੇ ਜਾਂਦੇ ਆ ਅਤੇ ਅਸੀਂ ਨਹੀਂ ਜਾਂਦੇ, ਪਰ ਬਹੁਤ ਕੁਛ ਜਿਹੜਾ ਮਸੀਹੀ ਕਲਚਰ ਹੈ ਉਹਨੂੰ ਅਸੀਂ ਅਡੋਪਟ ਕੀਤਾ ਹੈ। ਅਤੇ ਸਾਡੇ ਧਰਮ ਗ੍ਰੰਥਾਂ ਦੀ ਵਿਆਖਿਆ ਬਦਲੀ ਹੈ, ਉੱਥੇ ਗੁਰੂ ਗੁਰੂ ਨਹੀਂ ਹੈ, ਅਕਾਲ ਰੂਪ ਨਹੀਂ ਹੈ। ਅੱਜ ਦੀ ਦੁਨੀਆ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਗੁਰੂ ਨੂੰ ਇੱਕ ਸਮਾਜ ਸੁਧਾਰਕ ਮੰਨਦੇ ਨੇ, ਉੱਥੋਂ ਤੱਕ ਸੁੰਗੜਦਾ ਚਲਾ ਗਿਆ ਸਾਰਾ ਕੁਛ। ਪਰ ਇਹ ਜੋ ਸਾਡੇ ਸ਼ਹੀਦ ਹਨ, ਇਹਨਾਂ ਨੂੰ ਇਸ ਗੱਲ ਦੀ ਸਮਝ ਸੀ, ਕਿਉਂਕਿ ਇਹ ਉਹ ਲੋਕ ਸਨ ਜਿਹੜੇ ਭਾਈ ਮਹਾਰਾਜ ਸਿੰਘ ਦੀ ਪਰੰਪਰਾ ਨਾਲ ਸੰਬੰਧ ਰੱਖਦੇ ਨੇ। ਭਾਈ ਮਹਾਰਾਜ ਸਿੰਘ ਉਹ ਸ਼ਖਸ ਹੈ ਜਦੋਂ ਸਾਰੇ ਖਾਲਸਾ ਰਾਜ ਦਾ ਸਾਰਾ ਪ੍ਰਬੰਧ ਤਹਿਸ ਨਹਿਸ ਹੋ ਗਿਆ, ਸਾਡੇ ਘਰਾਂ 'ਚੋਂ ਸ਼ਸਤਰ ਜਮ੍ਹਾਂ ਕਰ ਲਏ ਗਏ, ਹਰੇਕ ਤਰ੍ਹਾਂ ਦਾ ਵਿੱਦਿਆ ਪ੍ਰਬੰਧ ਕੋਲੈਪਸ ਕਰ ਦਿੱਤਾ ਗਿਆ, ਹਰੇਕ ਤਰ੍ਹਾਂ ਦੀ ਜੋ ਵੀ ਜਗੀਰਦਾਰੀ ਜਾਂ ਜ਼ਿਮੀਂਦਾਰੀ ਪ੍ਰਬੰਧ ਸੀਗਾ ਉਹਨੂੰ ਆਪਣੇ ਅਧੀਨ ਕਰਕੇ ਕ੍ਰਿਸਚਨਾਂ ਨੇ ਜਾਂ ਕਹਿ ਲਓ ਬ੍ਰਿਟਿਸ਼ਰਸ ਨੇ ਆਪਣੇ ਮੁਤਾਬਕ ਢਾਲ ਲਿਆ। ਜਦੋਂ ਸਾਡੀ ਕੋਈ ਫੌਜ ਨਾ ਰਹੀ, ਸਾਡਾ ਕੁਛ ਨਾ ਰਿਹਾ, ਉਸ ਵੇਲੇ ਭਾਈ ਮਹਾਰਾਜ ਸਿੰਘ ਨੇ ਹਥਿਆਰ ਨਹੀਂ ਸੁੱਟੇ। ਇੱਕੋ ਹੀ ਬੰਦਾ ਸੀਗਾ ਜਿਹਨੇ ਬਗਾਵਤ ਦਾ ਬਿਗਲ ਵਜਾਇਆ ਔਰ ਸਾਰੀ ਉਮਰ ਲੜਿਆ, ਹਥਿਆਰ ਨਹੀਂ ਸੁੱਟੇ, ਸ਼ਹੀਦ ਹੋਇਆ। ਇਹ ਉਹਦੀ ਪਰੰਪਰਾ ਦੇ ਵਾਰਸ ਸਨ ਜੋ ਬੱਬਰ ਅਕਾਲੀ ਸਨ। ਇਹਨਾਂ ਨੂੰ ਸਮਝ ਸੀ ਕਿ ਜਿਸ ਹਕੂਮਤ ਨਾਲ ਅਸੀਂ ਲੜ ਰਹੇ ਹਾਂ ਉਹ ਹਕੂਮਤ ਕਰ ਕੀ ਰਹੀ ਹੈ, ਇਹ ਉਹਦੇ ਇਸ ਪ੍ਰਬੰਧ ਦੇ ਖਿਲਾਫ ਸਨ। ਉਹ ਪ੍ਰਬੰਧ ਜਿਹੜਾ ਸਾਡੇ ਧਰਮ ਦੀ ਵਿਆਖਿਆ ਨੂੰ ਬਦਲ ਰਿਹਾ ਸੀਗਾ, ਉਹ ਪ੍ਰਬੰਧ ਜਿਹਨੇ ਸਾਡੇ ਐਜੂਕੇਸ਼ਨ ਸਿਸਟਮ ਨੂੰ ਕੋਲੈਪਸ ਕਰ ਦਿੱਤਾ, ਉਹ ਪ੍ਰਬੰਧ ਜਿਹਨੇ ਸਾਡੇ ਕਲਚਰ ਨੂੰ ਹੇਠਲੇ ਦਰਜੇ 'ਤੇ ਲਿਆ ਦਿੰਦਾ, ਸਾਡੇ ਬੰਦਿਆਂ ਨੇ ਉਹਨੂੰ ਨਿੰਦਣਾ ਸ਼ੁਰੂ ਕਰ ਦਿੱਤਾ, ਉਹਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਲੋਥ ਕਰਨੀ ਸ਼ੁਰੂ ਕਰ ਦਿੱਤੀ ਪੱਛਮੀ ਸੱਭਿਆਚਾਰ ਦੀ, ਅਤੇ ਉਹਦੀਆਂ ਮਾਨਤਾਵਾਂ ਨੂੰ ਅਪਣਾ ਲਿਆ, ਉਹਦੇ ਵੱਲੋਂ ਦਿੱਤੀਆਂ ਗਈਆਂ ਸੁਧਾਰਾਂ ਦੀਆਂ ਚੀਜ਼ਾਂ ਨੂੰ ਅਪਣਾ ਲਿਆ। ਅਤੇ ਸਾਡੇ ਬੰਦੇ ਅੱਜ ਵੀ ਬੜੇ ਖੁਸ਼ ਹੋ ਰਹੇ ਹੈ ਕਿ ਨਵਾਂ ਜਿਹੜਾ ਪ੍ਰਸ਼ਾਸਨਿਕ ਸੁਧਾਰਾਂ ਵਾਲਾ ਨਾਰਾ ਦਿੱਤਾ ਜਾ ਰਿਹਾ, ਉਹਦੇ ਨਾਲ ਪਤਾ ਨਹੀਂ ਕੀ ਤਬਦੀਲੀ ਹੋ ਜਾਣੀ ਹੈ। ਦਰਅਸਲ ਪੰਜਾਬ ਦੇ ਨੈਚੁਰਲ ਰਿਸੋਰਸ ਜਿਹੜੇ ਨੇ ਉਹਦੀ ਲੁੱਟ ਦੇ ਰਾਹ ਨੇ ਸਾਰੇ, ਬਾਹਰੋਂ ਪੋਚਾ ਫੇਰ ਕੇ ਪ੍ਰਸ਼ਾਸਨਿਕ ਸੁਧਾਰਾਂ ਦਾ ਨਾਂ ਦੇ ਕੇ ਜਿਹੜੇ ਪੰਜਾਬ ਦੀਆਂ ਚੀਜ਼ਾਂ ਲੁੱਟੀਆਂ ਜਾ ਰਹੀਆਂ ਨੇ। ਕੱਲ੍ਹ ਦੀ ਇੱਕ ਖਬਰ ਹੈ ਕਿ ਦਿੱਲੀ ਨੂੰ ਜਾਣ ਵਾਲਾ ਪਾਣੀ
ਜਿਹੜਾ ਕਿ 170 ਕਿਊਸਿਕ ਤੋਂ ਵੱਧ ਨਹੀਂ ਸੀ ਹੁੰਦਾ, ਉਹ ਇੱਕ ਦਿਨ ਦਾ 486 ਕਿਊਸਿਕ ਪਿਛਲੇ ਦੋ ਦਿਨਾਂ ਤੋਂ ਚਲੇ ਗਿਆ। ਜਿਨ੍ਹਾਂ ਬੰਦਿਆਂ ਨੂੰ ਇਹਦੀ ਸਮਝ ਹੈ, ਉਹਦੀ ਪੜਤਾਲ ਕਰ ਸਕਦੇ ਨੇ, ਇਹਦੀ ਡੂੰਘਾਈ 'ਚ ਜਾ ਸਕਦੇ ਨੇ, ਪੰਜਾਬ ਦੇ ਨੈਚੁਰਲ ਰਿਸੋਰਸਿਸ ਦੀ ਲੁੱਟ ਦੇ ਰਾਹ ਕਿਸ ਤਰ੍ਹਾਂ ਖੁੱਲ੍ਹੇ ਨੇ, ਇਹਦੇ 'ਤੇ ਜਿਹੜੇ ਬੰਦੇ ਅੱਜ ਦੀ ਹਕੂਮਤ ਦੇ ਹੱਕ 'ਚ ਖੜ੍ਹੇ ਨੇ, ਉਹਨਾਂ ਨੂੰ ਲੋਕਲ ਬੰਦਿਆਂ ਨੇ ਸਵਾਲ ਪੁੱਛਣੇ ਨੇ, ਉਹ ਆਪਣੀ ਤਿਆਰੀ ਕਰ ਲੈਣ ਅਤੇ ਉਹਨਾਂ ਨੂੰ ਜਵਾਬ ਦੇਣ। ਤੋ ਮੇਰੀਆਂ ਬੇਨਤੀਆਂ ਇੱਥੇ ਸਮਾਪਤ ਨੇ, ਕਿਉਂਕਿ ਸ਼ਾਇਦ ਮੈਂ ਥੋੜ੍ਹਾ ਸਮਾਂ ਵੀ ਵੱਧ ਲੈ ਗਿਆ ਹੋਵਾਂ, ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧਾਂਗੇ ਅਤੇ ਇਹਦੀਆਂ ਹੋਰ ਪਰਤਾਂ ਨੂੰ ਫਰੋਲਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਡੇ ਬੰਦਿਆਂ ਨੇ ਸ਼ਹੀਦੀਆਂ ਦਾ ਰਾਹ ਆਖਰ ਕਿਉਂ ਫੜਿਆ, ਕਿਉਂਕਿ ਬਿਨਾਂ ਸ਼ਹੀਦੀਆਂ ਤੋਂ, ਬਿਨਾਂ ਖੂਨ ਦੇ ਛਿੱਟੇ ਮਾਰਿਆਂ ਤੋਂ ਕੌਮਾਂ ਦੀ ਸੁੱਤੀ ਹੋਈ ਆਤਮਾ ਨਹੀਂ ਜਾਗਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।